ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ। ਮੈਂ ਸਵਰਨ ਸਿੰਘ ਦਾਨੇਲ ਗਿਆ ਤੁਹਾਡੇ ਨਾਲ ਇਸ ਵਕਤ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੁਹਾਡੇ ਤੱਕ ਪੁੱਜਦਾ ਕੀਤਾ ਜੀ। ਅੱਜ ਤਰੀਕ ਹੈ 13 ਅਗਸਤ, ਦਿਨ ਹੈ ਜੀ ਮੰਗਲਵਾਰ। ਕਿਸੇ ਤਰ੍ਹਾਂ ਦੀ ਵੀ ਤੁਹਾਡਾ ਟਰੱਕ ਹੈ ਤਾਂ ਤੁਸੀਂ ਕੋਆਪ ਟਰੱਕ ਐਂਡ ਹੈਵੀ ਇਕੁਪਮੈਂਟ ਰਿਪੇਅਰ, ਤੁਹਾਡੇ ਟਰੱਕਾਂ ਦੇ ਫਰੇਮ, ਡਰਾਈਵ ਐਕਸਲ, ਸਟੀਅਰਿੰਗ ਐਕਸਲ, ਡੰਪ ਟ੍ਰੇਲਰ ਬਾਕਸ ਨਵੀਂ ਟੈਕਨੀਕ ਦੇ ਨਾਲ ਸਿੱਧੇ ਕਰਦੇ ਨੇ, ਟਰੱਕਾਂ ਦੀ ਸਟਰਕਚਰਲ ਸੇਫਟੀ ਵੀ ਕਰਦੇ ਨੇ। ਲੋਕੇਸ਼ਨ ਹੈ ਜੀ 7405 ਕੰਬਲ ਸਟਰੀਟ, ਮਿਸੀਸਾਗਾ, ਅੰਟੇਰੀਓ ਦੇ ਵਿੱਚ, ਅਤੇ ਦੂਜੀ ਲੋਕੇਸ਼ਨ ਹੈ ਜੀ 36 ਪਾਇਨੀਅਰ ਡਰਾਈਵ, ਐਰਨ ਦੇ ਵਿੱਚ। 9056713647 ਜਾਂ ਫਿਰ ਕੁਲਦੀਪ ਸਿੰਘ ਗਰੇਵਾਲ ਹੋਰਾਂ ਨਾਲ 4162544599 'ਤੇ ਕਾਲ ਕਰ ਸਕਦੇ ਹੋ। ਹਰ ਤਰ੍ਹਾਂ ਦੇ ਅਕਾਊਂਟਸ, ਟੈਕਸਿਸ, ਬੁੱਕ ਕੀਪਿੰਗ ਦੇ ਲਈ ਹਮੇਸ਼ਾ ਯਾਦ ਰੱਖੋ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਹਲ ਅਤੇ ਲੋਕਪਾਲ ਸਿੰਘ ਸੋਹਲ ਹੋਰਾਂ ਨਾਲ 2535202088 6। ਲੋਕੇਸ਼ਨ 104 ਐਵੀਨਿਊ ਕੈਂਟ ਵਾਸ਼ਿੰਗਟਨ ਦੇ ਵਿੱਚ ਹੈ ਜੀ। ਵਾਸ਼ਿੰਗਟਨ ਫਰੇਟ ਸਰਵਿਸ ਓਨਰ, ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ, ਚੰਗੇ ਬੋਨਸ ਦੇ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ ਜੀ। ਜਗਦੇਵ ਸੰਧੂ ਹੋਰਾਂ ਨੂੰ 2532666924 ਜਾਂ ਗੁਰਵਿੰਦਰ ਧਾਲੀਵਾਲ ਦੇ ਨਾਲ 2063544060 'ਤੇ ਕਾਲ ਕਰ ਸਕਦੇ ਹੋ। ਮੇਰੇ ਨਾਲ ਇਸ ਵਕਤ ਫੋਨ ਲਾਈਨ 'ਤੇ ਸਰਦਾਰ ਬਖਤੌਰ ਸਿੰਘ ਢਿੱਲੋਂਹਰੀ ਜੁੜ ਚੁੱਕੇ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦਾਨੇੜੀਆ ਸਾਹਿਬ, ਥੋੜ੍ਹਾ ਜਿਹਾ ਨਾ ਮਾਈਕ ਨੂੰ ਸੈੱਟ ਕਰੋ, ਆਵਾਜ਼ ਵਿੱਚ ਨਾ ਥੋੜ੍ਹੀ, ਪਹਿਲਾਂ ਜਦੋਂ ਬੋਲਦੇ ਹੋ ਸਹੀ ਆਉਂਦੀ ਹੈ, ਫਿਰ ਥੋੜ੍ਹੀ ਜਿਹੀ ਟੁੱਟਦੀ ਹੈ, ਬਸ ਇਹਨੂੰ ਸੈੱਟ ਕਰੋ ਥੋੜ੍ਹਾ। ਨੈਟਵਰਕ ਦੀ ਪ੍ਰੋਬਲਮ ਹੋਊਗੀ ਜੀ ਮੇਰੇ ਕੰਨੀ, ਉਹ ਇੱਧਰ ਸੈੱਟ ਹੈ, ਦੇਖਿਓ ਹੁਣ ਕਿਵੇਂ ਹੈ। ਨਹੀਂ ਨਹੀਂ, ਨੈਟਵਰਕ ਦੀ ਕੱਲ੍ਹ ਵੀ ਇਹੀ ਹੁੰਦੀ ਸੀਗੀ, ਆ ਤੁਸੀਂ ਇੱਥੇ ਮੇਰੇ ਖਿਆਲ ਕੋਈ ਥੋੜ੍ਹੀ ਬਹੁਤੀ ਕਮੀ ਪੇਸ਼ੀ ਹੈਗੀ, ਜਾਂ ਨੇੜੇ ਕਰ ਲਓ ਕੁਛ। ਇੱਕ ਮਿੰਟ, ਲਾਈਨ ਬਦਲਦਾ ਜੀ, ਮੈਂ ਲਾਈਨ ਬਦਲਦਾ, ਸੋ ਦੂਜੀ ਲਾਈਨ 'ਤੇ ਮੈਂ ਲੈ ਕੇ ਦੇਖਦਾ ਇਹਨੂੰ। ਇੱਕ ਮਿੰਟ ਜੀ, ਹੁਣ ਦੇਖਿਓ ਜੀ। ਹਾਂ ਹਾਂ, ਹੁਣ ਸਹੀ ਹੈ ਜੀ, ਠੀਕ ਹੈ ਜੀ। ਅਤੇ ਢਿੱਲੋਂ ਸਾਹਿਬ ਗੱਲ ਕਰੀਏ, ਸਭ ਤੋਂ ਪਹਿਲਾਂ ਸ਼ੁਭ ਕਰਨ ਦੀ ਜਿਹੜੀ ਮੌਤ ਹੋਈ ਸੀਗੀ ਉਹਦੇ ਉੱਤੇ ਕੀ ਅਪਡੇਟ ਆਈ ਹੈ ਜੀ? ਉਹਦੇ 'ਤੇ ਕੱਲ੍ਹ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਹੈ ਜੀ ਸੁਣਵਾਈ ਹੋਈ ਸੀ ਜੀ, ਔਰ ਇਹ ਸੁਣਵਾਈ ਹਰਿਆਣਾ ਸਰਕਾਰ ਦੀ ਇੱਕ ਐਪਲੀਕੇਸ਼ਨ 'ਤੇ ਹੋਈ ਸੀ ਜੀ। ਹਰਿਆਣਾ ਸਰਕਾਰ ਨੇ ਐਪਲੀਕੇਸ਼ਨ ਪਾਈ ਸੀ ਉਸ ਹੁਕਮ ਦੇ ਖਿਲਾਫ ਜਿਹੜਾ ਹੁਕਮ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦਿੱਤਾ ਸੀ ਜੀ। ਤੁਹਾਡੇ ਯਾਦ ਹੋਣਾ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਕਟਿੰਗ ਚੀਫ ਜਸਟਿਸ ਮਾਣਯੋਗ ਜੀ ਐਸ ਸੰਧਾਵਾਲੀਆ ਸਾਹਿਬ, ਜਿਹੜੇ ਹੁਣ ਕਿਸੇ ਹੋਰ ਹਾਈ ਕੋਰਟ ਦੇ ਚੀਫ ਜਸਟਿਸ ਬਣ ਕੇ ਚਲੇ ਗਏ ਜੀ, ਉਹਨਾਂ ਦੀ ਅਗਵਾਈ ਵਾਲੇ ਬੈਂਚ ਨੇ ਉਦੋਂ ਜਦੋਂ ਉਹਨਾਂ ਦੇ ਸਾਹਮਣੇ ਆਇਆ ਕਿ ਸ਼ੁਭ ਕਰਮਨ ਦੇ ਗੋਲੀ ਵੱਜੀ ਹੈ ਜੀ, ਤੇ ਇਹਦਾ ਕਾਰਨ ਕੀ ਹੈ, ਇਹਦੀ ਪੜਤਾਲ ਹੋਵੇ ਤੇ ਰੌਲਾ ਆਪਾਂ ਨੂੰ ਇਹ ਵੀ ਪਤਾ ਵੀ ਜੁਰੀਡਿਕਸ਼ਨ ਨੂੰ ਲੈ ਕੇ ਵੀ ਪੈ ਰਿਹਾ ਸੀ ਕਿ ਸ਼ੁਭ ਕਰਮਨ ਦੀ ਮੌਤ ਪੰਜਾਬ 'ਚ ਹੋਈ ਹੈ ਜਾਂ ਹਰਿਆਣੇ 'ਚ ਹੋਈ ਹੈ ਜੀ, ਕਿਉਂਕਿ ਹਰਿਆਣੇ ਵਾਲਿਆਂ ਦਾ ਤਰਕ ਇਹ ਸੀ ਕਿ ਸ਼ੁਭ ਕਰਮਨ ਹਰਿਆਣੇ ਵਾਲੇ ਪਾਸੇ ਆਇਆ ਸੀ ਔਰ ਇੱਥੇ ਸਾਡੇ ਇਹਨਾਂ ਦੀ ਸ਼ਾਇਦ ਕੋਈ ਆਪਸੀ ਗੋਲੀਬਾਰੀ ਚੱਲ ਗਈ ਹੋਣੀ ਹੈ ਜੀ। ਫਿਰ ਇਹ ਗੱਲ ਆ ਗਈ ਸੀ ਕਿ ਜਿਹੜੀ ਗੋਲੀ ਵੱਜੀ ਹੈ ਸ਼ੁਭ ਕਰਮਨ ਦੇ ਉਹ ਅਸਲ ਦੇ ਵਿੱਚ ਗੋਲੀ ਪੁਲਿਸ ਕੋਲ ਤਾਂ ਬੰਦੂਕਾਂ ਹੀ ਨਹੀਂ ਹੁੰਦੀਆਂ, ਆਪਾਂ ਪਹਿਲਾਂ ਵੀ ਡਿਟੇਲ ਨਾਲ ਗੱਲ ਕੀਤੀ ਹੈ ਕਿ ਪੁਲਿਸ ਦੇ ਕੋਲੇ ਸਾਰੀਆਂ ਰਾਈਫਲਾਂ ਉਹਨਾਂ ਕੋਲੇ ਆਫੀਸ਼ੀਅਲ ਹੁੰਦੀਆਂ ਜੀ, ਲੇਕਿਨ ਪੰਜਾਬ ਦੀ ਪੁਲਿਸ ਕੋਲੇ ਵੀ ਆਪਾਂ ਦੇਖੀਏ ਤਾਂ ਅੱਤਵਾਦ ਦੇ ਜ਼ਮਾਨੇ ਦੇ ਵਿੱਚ ਇਹਨਾਂ ਕੋਲੇ 12-12 ਬੰਦੂਕਾਂ ਹੁੰਦੀਆਂ ਸੀ ਔਰ ਹਰਿਆਣੇ ਦੇ ਵਿੱਚ ਵੀ ਹੋ ਸਕਦੀਆਂ। ਨਾਲ ਦੀ ਨਾਲ ਮੈਂ ਇੱਥੇ ਯਾਦ ਕਰਾਉਣਾ ਚਾਹੂੰਗਾ ਕਿ ਉਦੋਂ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਹਰਿਆਣੇ ਦੇ ਵਿੱਚ ਜੀ ਵਰਦੀਆਂ ਤੋਂ ਬਗੈਰ ਵੈਪਨ ਚੁੱਕੀ ਫਿਰਦੇ ਆ ਵੀ, ਬਿਲਕੁਲ ਉਹ ਭਾਰਤੀ ਜਨਤਾ ਪਾਰਟੀ ਦੇ ਵਰਕਰ ਸੀ ਜਾਂ ਉਹ ਪੁਲਿਸ ਵਾਲੇ ਬਗੈਰ ਵਰਦੀਆਂ ਤੋਂ ਸੀ ਜਾਂ ਉਹ ਆਰਐਸਐਸ ਵਾਲੇ ਸੀ ਜਾਂ ਉਹ ਬਦਮਾਸ਼ ਸੀ, ਕੌਣ ਸੀ ਇਸ ਗੱਲ ਦੀ ਜਾਣਕਾਰੀ ਹੈ ਨਹੀਂ। ਲੇਕਿਨ ਸਾਡੀ ਸਰਕਾਰ ਤੋਂ ਵੀ ਇਹ ਗਲਤੀ ਹੋਈ ਜਦੋਂ ਸ਼ੁਰੂ ਕਰਨ ਤੇ ਮੌਤ ਹੋ ਜਾਂਦੀ ਹੈ, ਇਹ ਜੇ ਤਾਂ FIR ਨਾਲ ਦੀ ਨਾਲ ਕੱਟੀ ਹੁੰਦੀ ਇਹਨਾਂ ਨੇ ਤੇ ਗੱਲ ਹੋਰ ਸੀ ਜੀ, ਤੇ ਕਈ ਦਿਨ ਲੱਗੇ ਪੋਸਟਮਾਰਟਮ ਕਰਵਾਉਣ ਦੇ ਉੱਤੇ FIR ਦਰਜ ਕਰਨ 'ਚ ਲਗਭਗ ਇੱਕ ਹਫ਼ਤਾ ਲੱਗ ਗਿਆ ਸੀ ਜੀ। ਹਫ਼ਤੇ ਬਾਅਦ ਜਿਹੜੀ ਫਿਰ ਇਹਨਾਂ ਨੇ ਜਿਹੜੀ FIR ਦਰਜ ਕੀਤੀ 0 'ਚ ਜੀ,
ਔਰ ਜੀਰੋ ਚ ਦਰਜ ਕਰਨ ਤੋਂ ਬਾਅਦ ਭੇਜ ਤੀ ਹਰਿਆਣਾ ਪੁਲਿਸ ਨੂੰ ਵੀ, ਲਓ ਜੀ ਤੁਸੀਂ ਇਨਵੈਸਟੀਗੇਟ ਕਰੋ ਇਹਨੂੰ। ਇਹਨਾਂ ਨੇ ਮੰਨ ਲਿਆ ਵੀ ਜੁਰੀਡਿਕਸ਼ਨ ਉਹਨਾਂ ਦੀ ਹੈ। ਮਾਨਯੋਗ ਹਾਈ ਕੋਰਟ ਨੇ ਬਿਲਕੁਲ ਵਧੀਆ ਫੈਸਲਾ ਕੀਤਾ, ਉਹਨਾਂ ਨੇ ਕਿਹਾ ਵੀ ਇੱਕ ਤਾਂ ਜਿਹੜੀ ਹੈਗੀ ਹੈ ਜੈ ਸ਼੍ਰੀ ਠਾਕੁਰ ਜੀ, ਇਹ ਰਿਟਾਇਰਡ ਜੱਜ ਹੈ ਜੀ ਆਪਣੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ, ਇਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਇੱਕ SIT ਬਣਾ ਦਿੱਤੀ ਜੀ, ਤੇ ਉਹਦੇ ਵਿੱਚ ਦੋ ਜਿਹੜੇ ਪਾਤੇ ਇਹਨਾਂ ਨੇ ADGP ਲੈਵਲ ਦੇ ਅਫੀਸਰ ਜੀ, ਔਰ ਉਹ ਦੋਨਾਂ ਦੇ ਵਿੱਚੋਂ ਇੱਕ ਤਾਂ ਪੰਜਾਬ ਦੇ ਹੈ ਪ੍ਰਮੋਦ ਬਾਨ ਸਾਹਿਬ ਜੀ, ਦੂਸਰੇ ਜਿਹੜੇ ਹੈਗੇ ਆ ਉਹ ਪਾ ਦਿੱਤੇ ਜੀ ਹਰਿਆਣੇ ਦੇ ADGP ਜੀ, ਉਹਨਾਂ ਦਾ ਜਿਹੜਾ ਹੈਗਾ ਨਾਂ ਹੈਗਾ ਜੀ ਅਮਿਤਾਬ ਸਿੰਘ ਢਿੱਲੋਂ। ਠੀਕ ਹੈ ਜੀ, ਇਹ ਦੋਨੋਂ ਪਾਤੇ ਉਹਨਾਂ ਨੇ ਕਿਹਾ ਜੀ ਇਹ ਕਮੇਟੀ ਜਿਹੜੀ ਹੈਗੀ ਹੈ ਇਹ ਪੜਤਾਲ ਕਰੂਗੀ ਜੀ। ਹੁਣ ਜਿੱਥੇ ਹਾਈ ਕੋਰਟ ਦੇ ਜੱਜ ਦੀ ਅਗਵਾਈ ਆ ਗਈ ਦਾਨਿਆਲੀਆ ਸਾਹਿਬ ਚਾਹੁਣ ਦੇ ਬਾਵਜੂਦ ਵੀ ਹਰਿਆਣੇ ਦਾ ਅਫੀਸਰ ਉੱਥੇ ਕੋਈ ਗੜਬੜ ਨਹੀਂ ਕਰ ਸਕਦਾ, ਬਿਲਕੁਲ ਜੀ, ਤੇ ਹਰਿਆਣਾ ਸਰਕਾਰ ਨੂੰ ਇਹ ਡਰ ਪੈ ਗਿਆ ਕਿ ਇਹਦੇ 'ਚ ਮਤਲਬ ਸਾਡਾ ਜਿਹੜਾ ਹੀਜ ਪਿਆਜ ਨੰਗਾ ਹੋ ਜੂ ਤੇ ਗੱਲ ਜਿਹੜੀ ਹੈ ਸਾਡੇ ਵਾਲੀ ਗਲਤੀ ਆ ਉਹ ਇਕੱਠੀ ਹੋ ਜੂ, ਇਕੱਠੀ ਹੋ ਜੂਗੀ, ਹਾਂ ਉਹ ਇਕੱਠੀ ਹੋ ਜੂਗੀ, ਔਰ ਨਹੀਂ ਤਾਂ ਉਹਨਾਂ ਨੂੰ ਕੀ ਲੋੜ ਸੀ ਉਹ ਮੰਨ ਲੈਂਦੇ ਹਾਈਕੋਰਟ ਦਾ ਫੈਸਲਾ। ਹਾਂਜੀ, ਉਹਨਾਂ ਨੂੰ ਸੁਪਰੀਮ ਕੋਰਟ ਜਾਣ ਦੀ ਕੀ ਲੋੜ ਸੀ ਜੇ ਉਹਨਾਂ ਨੇ ਹਾਈਕੋਰਟ ਦੇ ਫੈਸਲੇ ਨੂੰ ਜਿਹੜਾ ਕਿ ਬਿਲਕੁਲ ਜੈਨੂਨ ਫੈਸਲਾ ਹੈ ਜੀ, ਦੋਨੇ ਤਰ੍ਹਾਂ ਦੇ ਦੋਨਾਂ ਫਰੀਕਾਂ ਦੇ ਜਿਹੜੇ ਹੈਗੇ ਆ ਵਿੱਚ ਅਫਸਰ ਆ ਗਏ ਆ, ਹਾਈਕੋਰਟ ਦੀ ਜੱਜ ਨਿਰਪੱਖ ਹੈ ਉਹ ਤਾਂ ਕਿਸੇ ਪਾਸੇ ਨਹੀਂ ਹੈ ਜੀ, ਰਿਟਾਇਰਡ ਜੱਜ, ਤੇ ਫਿਰ ਇਹਨਾਂ ਨੇ ਕਿਉਂ ਉਹਦੇ ਤੇ ਜਿਹੜਾ ਹੈਗਾ ਇਤਰਾਜ਼ ਪ੍ਰਗਟ ਕੀਤਾ ਜੀ, ਕਿਉਂ ਇਹਨਾਂ ਨੇ ਉਹਨੂੰ ਚੁਣੌਤੀ ਦਿੱਤੀ? ਉੱਥੇ ਇਹ ਹੈ ਕਿ ਇਹਨਾਂ ਨੂੰ ਕੋਈ ਇਹਨਾਂ ਦੀ ਮਤਲਬ ਜਿਹੜਾ ਹੈਗਾ ਅੰਦਰ ਡਰ ਸੀ ਜੀ, ਜਦੋਂ ਇਹ ਮਾਮਲਾ ਉੱਥੇ ਗਿਆ ਤੇ ਉੱਥੇ ਸੁਪਰੀਮ ਕੋਰਟ ਨੇ ਕਹਿਤਾ ਜੀ ਨਹੀਂ ਜੀ, ਜੋ ਫੈਸਲਾ ਹਾਈ ਕੋਰਟ ਨੇ ਦਿੱਤਾ ਠੀਕ ਹੈ, ਜਿਹੜੀ ਕਮੇਟੀ ਬਣਾਈ ਹੈ 3 ਮੈਂਬਰੀ, ਇਹ ਕਮੇਟੀ ਹੀ ਸ਼ੁਭ ਕਰਨ ਦੀ ਜਿਹੜੀ ਹੈ ਮੌਤ ਦੀ ਜਾਂਚ ਕਰੂਗੀ ਜੀ, ਔਰ ਕਲੀਅਰ ਚਿੱਟ ਆ ਗਿਆ ਹਰਿਆਣੇ ਦੀ ਇੱਕ ਮਤਲਬ ਆਪਾਂ ਕਹਿ ਸਕਦੇ ਹਾਂ ਵੱਡੀ ਹਾਰ ਹੈ ਜੀ, ਔਰ ਇਹਦੇ 'ਚ ਆਪਾਂ ਇਹ ਕਹਾਂਗੇ ਕਿ ਇਨਸਾਫ਼ ਦੀ ਜਿੱਤ ਹੈ, ਇਹ ਨਹੀਂ ਕਹਿੰਦੇ ਪੰਜਾਬ ਦੀ ਜਿੱਤ ਹੈ, ਇਨਸਾਫ਼ ਦੀ ਜਿੱਤ, ਇਨਸਾਫ਼ ਦੀ ਜਿੱਤ ਹੈ ਹਾਂਜੀ ਹਾਂਜੀ, ਇਨਸਾਫ਼ ਅੱਗੇ ਕਿਹੋ ਜਿਹਾ ਹੁੰਦਾ ਜਿਹੜੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਛਾਣ ਦੇਣਗੇ ਦੋਨੇ ਚਰਾ ਉੱਥੇ ਬੈਠੀਆਂ ਜੀ, ਸੋ ਇੱਥੇ ਹੀ ਗੱਲ ਇਹ ਵੀ ਇਹ ਗੱਲ ਤਾਂ ਇੱਥੇ ਖਤਮ ਹੋ ਗਈ, ਪਰ ਇਹਨੂੰ ਆਪਾਂ ਨੂੰ ਇੱਥੇ ਖਤਮ ਹੋ ਨਹੀਂ ਸਮਝਣਾ ਚਾਹੀਦਾ, ਇਹਨੂੰ ਅੱਗੇ ਦੇਖਦੇ ਵੀ ਚੱਲਦੀ ਕੀ ਆ, ਬੰਦੂਕਾਂ ਲੱਭਦੀਆਂ ਉਹੀ ਜਿਵੇਂ ਪੰਜਾਬ ਦੇ ਵਿੱਚ ਕਹਿੰਦੇ ਹੁੰਦੇ ਵੀ ਅਣਪਛਾਤੀ ਪੁਲਿਸ ਸੀਗੀ ਸਾਰਾ ਕੁਛ, ਲਾਸ਼ਾਂ ਅਣਪਛਾਤੀ ਪੁਲਿਸ ਜੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿੱਚ ਜਿਹੜੇ ਬੰਦੇ ਲੜ ਰਹੇ ਸੀ ਉਹਨਾਂ ਦੇ ਗੋਲੀਆਂ ਚਲਾਤੀਆਂ, ਦੋ ਬੰਦੇ ਮਾਰੇ ਗਏ, FIR ਉੱਥੇ ਵੀ ਡਿਲੇ ਦੇਰੀ ਨਾਲ ਕੱਟੀ ਸੀ ਪੰਜਾਬ ਦੀ ਉਸ ਵੇਲੇ ਦੀ ਸਰਕਾਰ ਨੇ, ਹਾਂਜੀ ਉਹ ਜਿਹੜੀ FIR ਡਿਲੇ ਕੱਟੀ ਸੀ ਤੇ ਬਾਅਦ ਦੇ ਵਿੱਚ ਉਹਦੇ ਦੇਰੀ ਨਾਲ ਕੱਟੀ ਹੋਈ FIR ਦੇ ਵਿੱਚ ਲਿਖਿਆ ਕਿ ਪੁਲਿਸ ਅਣਪਛਾਤੀ ਜੀ, ਹੁਣ ਸਵਾਲ ਇਹ ਪੈਦਾ ਹੁੰਦਾ ਕਿ ਬਾਕੀ ਤਾਂ ਅਣਪਛਾਤਾ ਸਭ ਕੁਛ ਹੋ ਸਕਦਾ ਹੈ, ਪੁਲਿਸ ਅਣਪਛਾਤੀ ਕਿਵੇਂ ਹੋਗੀ? ਪੁਲਿਸ ਨੂੰ ਹਥਿਆਰ ਵੀ ਇਸ਼ੂ ਕੀਤੇ ਹੋਏ ਹੈ, ਉਹਨਾਂ ਦੇ ਨਾਂ ਵੀ ਪਏ ਹੋਏ ਹੈ, ਉਹਨਾਂ ਦੇ ਬੈਲਟ ਨੰਬਰ ਵੀ ਪਏ ਹੋਏ ਹੈ, ਜਿਹੜੇ ਹਥਿਆਰ ਇਸ਼ੂ ਕੀਤੇ ਆ ਰਿਕਾਰਡ ਤੁਹਾਡੇ ਕੋਲੇ, ਤੁਸੀਂ ਰਿਕਾਰਡ ਕਿਉਂ ਨਹੀਂ ਦੇਖ ਸਕਦੇ? ਕਿਉਂ ਨਹੀਂ ਦੇਖਦੇ? ਹਾਂ ਚਲੋ ਚਲੋ ਇੱਕ ਵਾਰੀ ਅਣਪਛਾਤੇ ਕਹਿ ਸਕਦੇ ਤੇ ਬਾਅਦ ਦੇ ਵਿੱਚ ਵੀ ਤਾਂ ਰਿਕਾਰਡ ਕੱਢਿਆ ਜਾ ਸਕਦਾ, ਬਿਲਕੁਲ ਜੀ ਬਿਲਕੁਲ, ਪਰ ਇਹਦੇ ਨਾਲ ਮੇਰਾ ਦਾਨਿਆਲੀਆ ਸਾਹਿਬ ਇਹ ਮੰਨਣਾ ਹੈ ਕਿ ਜਿੰਨੀ ਦੇਰ ਤੱਕ ਮਜ਼ਬੂਤ ਕਿਸਾਨ ਧਿਰ ਲੜਾਈ ਨਹੀਂ ਲੜਦੀ ਪੂਰੇ ਏਕੇ ਨਾਲ, ਉਨੀ ਦੇਰ ਇਨਸਾਫ਼ ਨਹੀਂ ਮਿਲਣਾ ਜੀ, ਜੇ ਇਨਸਾਫ਼ ਹਾਸਲ ਕਰਨਾ ਨਿਆਂ ਹੋ ਸਕਦਾ, ਪਰ ਜੇ ਇਨਸਾਫ਼ ਹਾਸਲ ਕਰਨਾ ਤਾਂ ਬਿਲਕੁਲ ਉਸੇ ਤਰ੍ਹਾਂ ਦੇ ਉੱਤੇ ਅੰਦੋਲਨ ਲੜਨਾ ਪਊਗਾ ਜਿਵੇਂ ਆਪਾਂ 13 ਮਹੀਨੇ ਪਹਿਲਾਂ ਲੜੇ ਜੀ, ਤੁਹਾਡੇ ਮਤਭੇਦ ਆਪਦੀ ਥਾਂ ਦੇ ਉੱਤੇ ਰੱਖੋ, ਉਹ ਰੱਖੋ, ਤੁਹਾਡੇ ਸਾਹਮਣੇ ਇੱਕ ਟਾਰਗੇਟ ਹੈ ਕਿ ਇੱਕ ਨੌਜਵਾਨ ਮੁੰਡੇ ਦੀ ਮੌਤ ਹੋਈ ਹੈ ਜੀ, ਇਸ ਨੌਜਵਾਨ ਮੁੰਡੇ ਦੀ ਮੌਤ ਦਾ ਜੇ ਅਸੀਂ ਇਨਸਾਫ਼ ਲੈਣਾ ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਜੀ, ਤੇ ਸਾਰਿਆਂ ਨੂੰ ਇਕੱਠੇ ਹੋਣ ਦੇ ਵਿੱਚ ਪ੍ਰੋਬਲਮ ਕਿੱਥੇ ਹੈ? ਪ੍ਰੋਬਲਮ ਇਹ ਹੈ ਕਿ ਦੋ ਤਰ੍ਹਾਂ ਹੈ, ਇੱਕ ਤਰ੍ਹਾਂ ਕਹਿੰਦੀ ਹੈ ਵੀ ਸਾਡੀ ਧਿਰ ਛੋਟੀ ਹੈ ਪਰ ਅਸੀਂ ਲਾਈਨ ਵੱਡੀ ਖਿੱਚਣੀ ਹੈ ਤੇ ਇਹਨਾਂ ਤੋਂ ਵੱਡੇ ਬਣਨੇ, ਹਾਂਜੀ ਰੌਲਾ ਹੀ ਹੈ, ਪਰ ਹਾਂ ਵੱਡੇ ਨਹੀਂ ਨਾ, ਤੁਸੀਂ ਵੱਡੇ ਬਣਨ ਦੀ ਗੱਲ ਨਾ ਕਹੋ, ਤੁਸੀਂ ਕਹੋ ਅਸੀਂ ਇਨਸਾਫ਼ ਲੈਣਾ, ਮੇਰਾ ਖਿਆਲ ਉਹ ਵੀ ਉਹਨੂੰ ਤਿਆਰ ਹੋਣਗੇ ਜੀ, ਜੇ ਇਹ ਗੱਲ ਹੋਊਗੀ ਦਾਨਿਆਲੀਆ ਸਾਹਿਬ ਤਾਂ ਇਹਦੇ ਨਾਲ ਇਨਸਾਫ਼ ਹਾਸਲ ਹੋ ਸਕਦਾ, ਨਹੀਂ ਇਨਸਾਫ਼ ਹਾਸਲ ਨਹੀਂ ਹੋਣਾ, ਜੋ ਮਰਜ਼ੀ ਆ ਕਰ ਲੈਣ, ਜੇ ਆਪਾਂ ਦੇਖੀਏ ਜੇ ਇੱਥੇ ਵੀ ਆਪਾਂ ਸ਼ੁਭ ਕਰਨ ਦੇ ਪਰਿਵਾਰ ਨੂੰ ਜਿਹੜੀ ਉਹ ਮਦਦ ਦਿੱਤੀ ਹੈ ਜਾਂ ਜਿਹੜੀ ਉਹਦੀ ਭੈਣ ਨੂੰ ਨੌਕਰੀ ਦਿੱਤੀ ਹੈ, ਇਹ ਵੀ ਕਿਹੜਾ ਕੋਈ ਚਾਰ ਨਾਲ ਦਿੱਤੀ ਸੀ ਸਰਕਾਰ ਨੇ, ਇਹਦੇ ਵੀ ਲੇਹਲੜੀਆਂ ਕਢਵਾਈਆਂ ਪੂਰੀਆਂ, ਉਹ ਪਰਿਵਾਰ ਦੀਆਂ ਲੇਹਲੜੀਆਂ ਕਢਵਾਈਆਂ, ਅਖੀਰ ਜਦੋਂ ਡਾਂਗ ਚੱਕੀ ਕਿਸਾਨਾਂ ਨੇ ਫਿਰ ਉਦੋਂ ਬਾਅਦ ਹੋਇਆ
ਜੀ। ਔਰ ਇੱਥੇ ਆਪਾਂ ਨੂੰ ਇਹ ਕਹਿਣਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਗੈਰ ਸਿਆਸੀ ਧੜਾ ਵੀ ਤੇ ਦੂਜਾ ਵੀ ਜੀ ਦੋਨੇ ਇਸ ਗੱਲ ਦੇ ਉੱਤੇ ਸਹਿਮਤ ਸੀ ਕਿ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ, ਮੁਆਵਜ਼ਾ ਮਿਲ ਗਿਆ। ਪਰ ਜੇ ਇਨਸਾਫ਼ ਲੈਣਾ ਤਾਂ ਤੁਹਾਨੂੰ ਇਕਮੁੱਠ ਹੋ ਕੇ ਸੰਘਰਸ਼ ਕਰਨਾ ਪੈਣਾ, ਤੇ ਗਾਂ ਨੂੰ ਕੋਈ ਹੋਰ ਸ਼ੁਭ ਕਾਰਨ ਜੀ ਗੋਲੀ ਦਾ ਸ਼ਿਕਾਰ ਨਾ ਹੋਵੇ ਉਹਦੀ ਜੇ ਗਰੰਟੀ ਲੈਣੀ ਹੈ ਤੇ ਉਹਦੇ ਵਾਸਤੇ ਵੀ ਤੁਹਾਨੂੰ ਇਕਮੁੱਠ ਹੈਗੀ ਹੈ। ਕਿਸਾਨ ਲਹਿਰ ਦੀ ਲੋੜ ਹੈ, ਤੁਹਾਡੇ ਮਤਭੇਦ ਹੈ ਉਹ ਮਤਭੇਦਾਂ ਨੂੰ ਪਾਸੇ ਰੱਖੋ, ਬੇਇਨਸਾਫੀ ਦੇ ਖਿਲਾਫ ਲੜਾਈ ਲੜਨ ਵਾਸਤੇ ਤੁਹਾਨੂੰ ਮੋਰਚਾ ਕਾਇਮ ਕਰਨਾ ਹੀ ਪੈਣਾ ਹੈ। ਢਿੱਲ ਸਾਹਿਬ, ਇਹਦੇ ਵਿੱਚ ਇੱਕ ਹੋਰ ਸਭ ਤੋਂ ਵੱਡੀ ਗੱਲ ਆ ਰਹੀ ਹੈ ਕਿ ਜਿਹੜੇ ਪੁਲਿਸ ਜੇ 12 ਬੋਰਡ ਦੀ ਗੱਲ ਕੀਤੀ ਜਾ ਰਹੀ ਹੈ ਆਪਣੀ, ਤਾਂ 12 ਬੋਰਡ ਦੇ ਵਿੱਚ ਇਹ ਚੀਜ਼ ਆ ਵੀ ਕੱਲ੍ਹ ਨੂੰ ਇਹ ਵੀ ਚੀਜ਼ ਆ ਗਈ ਕਿ ਕੀ ਪੁਲਿਸ ਗੈਰ ਕਾਨੂੰਨੀ ਹਥਿਆਰ ਵੀ ਵਰਤਦੀ ਹੈ ਜਾਂ ਅਨਆਥੋਰਾਈਜ਼ ਬੰਦਿਆਂ ਨੂੰ ਲਿਆ ਕੇ ਉਹਨਾਂ ਤੋਂ ਹਥਿਆਰ ਵਰਤਾਉਂਦੀ ਹੈ, ਕੀ ਹੈ ਇਹ? ਇੱਕ ਬਹੁਤ ਵੱਡੀ ਇਹਦੇ ਵਿੱਚ ਗੱਲ ਉੱਭਰ ਕੇ ਸਾਹਮਣੇ ਆਊਗੀ। ਮੇਰੇ ਖਿਆਲ ਡਰ ਹੀ ਇਹ ਹੋਵੇ, ਜਿਹੜਾ ਉਹਨੂੰ ਚੈਲੰਜ ਕੀਤਾ ਹਾਈਕੋਰਟ ਦੇ ਫੈਸਲੇ ਨੂੰ, ਸ਼ਾਇਦ ਉਹੀ ਡਰ, ਉਸੇ ਡਰੋਂ ਕੀਤਾ ਹੋਵੇ ਕਿ ਗੱਲ ਗੁੱਝੀ ਰਹਿ ਜੇ ਜੀ, ਗੱਲ ਬੇਨਕਾਬ ਨਾ ਹੋਵੇ। ਕਿਉਂਕਿ ਇਹ ਗੱਲ ਤਾਂ ਸਪਸ਼ਟ ਹੈ ਕਿ ਜਿਹੜੀ ਪਹਿਲੀ ਜਿਹੜਾ ਵਰਜ਼ਨ ਆਇਆ ਉਹਨਾਂ ਨੇ ਕਿ ਪੁਲਿਸ ਕੋਲ ਇਸ ਕਿਸਮ ਦੇ ਹਥਿਆਰ ਨਹੀਂ ਹੁੰਦੇ ਜੀ, ਉਹਨਾਂ ਕੋਲੇ ਪੱਕਾ ਅਸਲਾ ਹੁੰਦਾ ਜਿਹਨੂੰ ਆਪਾਂ ਕਹਿੰਦੇ ਸਿੰਗਲ ਗੋਲੀ ਨਿਕਲਦੀ। ਇਹ ਜਿਹੜੀਆਂ ਸ਼ਾਟਗਨ ਹੈ, ਸ਼ਾਟਗਨ ਦੇ ਵਿੱਚੋਂ ਸ਼ਰਰੇ ਨਿਕਲਦੇ ਆ, ਬਿਲਕੁਲ ਜੀ। ਤੇ ਸ਼ਰਰਿਆਂ ਵਾਲੀ ਮੈਂ ਪਹਿਲਾਂ ਹੀ ਇਹ ਜ਼ਿਕਰ ਕਰ ਚੁੱਕਾ ਕਿ ਆਪਣੇ ਪੰਜਾਬ ਦੇ ਵਿੱਚ ਤਾਂ ਟੈਰਰਿਜ਼ਮ ਦੇ ਵਿੱਚ ਇਹਨਾਂ ਨੇ ਗਨਸ ਇਸਤੇਮਾਲ ਕੀਤੀਆਂ ਸੀ। ਹਰ SHO ਹਰ CIA ਦਾ ਇੰਚਾਰਜ ਜਦੋਂ ਮੂਵ ਕਰਦਾ ਹੁੰਦਾ ਸੀ ਉਹਨਾਂ ਕੋਲ ਪੱਕਾ ਅਸਲਾ ਵੀ ਹੁੰਦਾ ਸੀ, ਇੱਕ ਦੋ ਬਾਰਾਂ ਬੋਰ ਦੀਆਂ ਬੰਦੂਕਾਂ ਵੀ ਹੁੰਦੀਆਂ ਸੀ, ਡਬਲ ਬੈਰਲ ਜੀ। ਦੂਜੇ ਪਾਸੇ ਇੱਧਰ ਆਪਾਂ ਹਰਿਆਣੇ ਦੀ ਗੱਲ ਜੇ ਦੇਖੀਏ ਤਾਂ ਹਰਿਆਣੇ ਦੇ ਵਿੱਚ ਵੀ ਇਹ ਗੱਲ ਤਾਂ ਬਿਲਕੁਲ ਸਪਸ਼ਟ ਹੈਗੀ, ਤਾਂ ਤਸਵੀਰਾਂ ਬੋਲਦੀਆਂ, ਤਸਵੀਰਾਂ ਕਹਿੰਦੀਆਂ ਕਿ ਹਾਂ ਭਾਈ ਕੁਛ ਬੰਦੇ ਬਗੈਰ ਵਰਦੀ ਤੋਂ ਫਿਰਦੇ ਸੀ ਜੀ। ਉਹ ਬਗੈਰ ਵਰਦੀ ਵਾਲੇ ਬੰਦੇ ਕੌਣ ਸੀ? ਕੀ ਉਹ ਪੁਲਿਸ ਵਾਲਿਆਂ ਨੇ ਵਰਦੀਆਂ ਲੈ ਗਿਆ ਸੀ ਜੀ, ਜਾਂ ਪੁਲਿਸ ਨੇ ਉਹ 10 ਨੰਬਰੀਏ ਬਦਮਾਸ਼ ਜਿਹੜੇ ਪਿੰਡਾਂ ਦੇ ਵਿੱਚ ਹੁੰਦੇ ਸੀ ਕਹਿੰਦੇ ਸੀ ਜੀ, ਜਾਂ ਕਿਸੇ ਹੋਰ ਆਰਗੇਨਾਈਜੇਸ਼ਨ ਦੇ ਬੰਦੇ ਸੀ ਜਿਨ੍ਹਾਂ ਬੰਦਿਆਂ ਨੇ ਉਹ ਗਨਜ ਇਸਤੇਮਾਲ ਕੀਤੀਆਂ ਜੀ। ਤੇ ਜੇ ਉਹਦੇ ਵਿਰੋਧ ਵਿੱਚ ਸੁਪਰੀਮ ਕੋਰਟ ਦੇ ਵਿੱਚ ਗਈ ਹੈ ਹਰਿਆਣਾ ਸਰਕਾਰ, ਤਾਂ ਸ਼ਾਇਦ ਜਾਣ ਦਾ ਕਾਰਨ ਹੀ ਇਹੀ ਹੈ ਕਿ ਜੇ ਪੜਤਾਲ ਹੋਗੀ ਤੇ ਪੜਤਾਲ ਦੇ ਵਿੱਚ ਕਿਤੇ ਗੱਲ ਉੱਥੋਂ ਤੱਕ ਨਾ ਚਲੀ ਜਾਵੇ ਤੇ ਫਿਰ ਜ਼ਿਆਦਾ ਜਲੂਸ ਨਾ ਨਿਕਲੇ ਕਿ ਇਹਨਾਂ ਨੇ ਜਿਹੜਾ ਇਹ ਹਮਲਾ ਕਰਵਾਇਆ ਸੀ ਇਹ ਗਿਨੀ ਵਿੱਚ ਸ਼ਾਇਦ ਆਪ ਪਛਾ ਰਹਿ ਕੇ ਤੇ ਉਹਨਾਂ ਤੋਂ ਕਰਵਾਇਆ ਸੀ, ਉਹੀ ਡਰ ਹੈ ਜੀ ਜੀ। ਸੋ ਰੱਬ ਭਲੀ ਕਰੇ ਜੀ, ਇੱਕ ਵੈਸੇ ਜਾਂਚ ਜਿਹੜੀ ਚੱਲ ਪਈ ਹੋ ਇੱਕ ਵਾਰੀ ਸਿਰੇ ਤਾਂ ਲੱਗ ਹੀ ਜਾਂਦੀ ਹੈ ਜੇ ਆਪਾਂ ਗੱਲ ਕਰੀਏ, ਦੇਰ ਅੰਧੇਰ ਤਾਂ ਜਿਹੜਾ ਚੱਲਦਾ ਹੀ ਰਹਿੰਦਾ ਪਰ ਕਦੇ ਨਾ ਕਦੇ ਜਿਹੜੀ ਆ ਉਹ ਚੀਜ਼ ਉੱਭਰ ਕੇ ਸਾਹਮਣੇ ਆ ਹੀ ਜਾਂਦੀ ਹੈ। ਢਿੱਲ ਸਾਹਿਬ, ਦੇਰ ਹੋ ਸਕਦੀ ਹੈ ਜੇ ਤੁਸੀਂ ਲੜਾਈ ਲੜੋਗੇ ਤੇ ਅੰਧੇਰਾ ਜਿਹੜਾ ਛੱਡ ਸਕਦਾ ਹੈ ਜੀ, ਅੰਧੇਰਾ ਦੂਰ ਹੋ ਸਕਦਾ ਹੈ। ਉਹ ਹੈ ਨਾ ਇੱਕ ਪੁਰਾਣੀ ਯਾਦ ਆ ਮੇਰੇ, ਜਦੋਂ ਅਸੀਂ ਸਟੂਡੈਂਟ ਮੂਵਮੈਂਟ ਚ ਹੁੰਦੇ ਸੀ ਉਦੋਂ ਮੇਰੇ ਹੁਣ ਸ਼ਹਿਰ ਦਾ ਨਾਂ ਤਾਂ ਭੁੱਲ ਗਿਆ, ਉਹਦਾ ਇੱਕ ਗੀਤ ਹੁੰਦਾ ਸੀ ਹੌਸਲੇ ਪਏ ਖੇਡਦੇ ਨੇ ਕਾਲੀਆਂ ਰਾਤਾਂ ਦੇ ਨਾਲ ਜੀ, ਹੈ ਭਰੋਸਾ ਇਹ ਮੇਰਾ ਰੌਸ਼ਨ ਸਵੇਰੇ ਆਉਣਗੇ। ਜਿਨ੍ਹਾਂ ਦੇ ਹੌਸਲੇ ਕਾਲੀਆਂ ਰਾਤਾਂ ਨਾਲ ਖੇਡਣ ਵਾਲੇ ਹੁੰਦੇ ਆ ਨਾ ਉਹ ਰੌਸ਼ਨ ਸਵੇਰਾ ਕਰ ਹੀ ਲੈਂਦੇ ਕਰ ਹੀ ਲੈਂਦੇ। ਇੱਥੇ ਗੱਲ ਤਾਂ ਹੈ ਕਿ ਕਾਲੀਆਂ ਰਾਤਾਂ ਨਾਲ ਖੇਡਣ ਵਾਲੇ ਜਿਹੜੀਆਂ ਫੋਰਸਿਸ ਆ ਜਿਹੜੀਆਂ ਤਾਕਤਾਂ ਉਹ ਚਾਹੀਦੀਆਂ ਜੀ, ਕਾਲੀਆਂ ਰਾਤਾਂ ਹਮੇਸ਼ਾ ਰਹਿੰਦੀਆਂ ਨੀ, ਹਮੇਸ਼ਾ ਸਵੇਰਾ ਹੁੰਦਾ ਹੀ ਹੁੰਦਾ ਹੈ ਜੀ। ਤੇ ਢਿੱਲੋਂ ਸਾਹਿਬ, ਇਹ ਤਾਂ ਕਾਲੀਆਂ ਰਾਤਾਂ ਦੀ ਗੱਲ ਕੀਤੀ ਹੈ ਤੁਸੀਂ, ਕਾਲੀਆਂ ਰਾਤਾਂ 'ਚ ਕਹਿੰਦੇ ਮੁੱਖ ਮੰਤਰੀ ਪੰਜਾਬ ਦੇ ਨਾਨਕੇ ਘਰ ਨੂੰ ਵੀ ਕਹਿੰਦੇ ਸੰਨ ਲੱਗ ਗਈ। ਦਨਿਆਲੀਆ ਸਾਹਿਬ, ਵੈਸੇ ਸੰਨਾਂ ਤਾਂ ਕਈ ਲੱਗ ਜਾਂਦੀਆਂ, ਪਰ ਜੇ ਮੁੱਖ ਮੰਤਰੀ ਦੇ ਨਾਨਕਿਆਂ ਦੇ ਘਰ ਨੂੰ ਵੀ ਚੋਰ ਆ ਪੈਣ ਤਾਂ ਗੱਲ ਹਾਸੋਹੀਣੀ ਵੀ ਲੱਗਦੀ ਹੈ ਤੇ ਗੱਲ ਤਰਸਯੋਗ ਵੀ ਲੱਗਦੀ ਹੈ ਜੀ। ਤਰਸਯੋਗ ਕਿਸ ਪੱਖ ਤੋਂ ਦੇਖੋਗੇ? ਤਰਸਯੋਗ ਇਸ ਪੱਖ ਤੋਂ ਹੈ ਕਿ ਸਾਡੇ ਪੰਜਾਬ ਦੀ ਸਥਿਤੀ ਕੀ ਹੈ ਜੀ, ਪੰਜਾਬ ਦੇ ਲਾਅ ਐਂਡ ਆਰਡਰ ਦੀ ਹਾਲਤ ਕੀ ਹੈ। ਦੇਖੋ ਤੁਹਾਡੇ ਮੇਰੇ ਦਾ ਚੋਰੀਆਂ ਚੱਪੇ ਹੋ ਜਾਣ, ਕੋਈ ਨਾਨਕਿਆਂ ਦਾ ਹੋਵੇ ਘਰ, ਕੋਈ ਦਾਦਕਿਆਂ ਦਾ ਹੋਵੇ, ਕੋਈ ਦੂਰੋਂ ਨੇੜਿਓਂ ਭੂਆ ਫੁੱਫੜ ਤੋਂ ਹੋਵੇ ਵੀ ਇਹਨਾਂ ਦਾ ਫਲਾਨਾ ਰਿਸ਼ਤੇਦਾਰ SP ਹੈ ਜੀ, ਇਹਨਾਂ ਦਾ ਕੋਈ ਵਜ਼ੀਰ ਹੈ ਜੀ, ਉਹਨਾਂ ਦੀ ਤਾਂ ਵੈਸੀ ਕਦਰ ਵੱਧ ਜਾਂਦੀ ਹੈ। ਬਿਲਕੁਲ ਜੀ, ਆਲੇ ਦੁਆਲੇ ਪਤਾ ਲੱਗ ਜਾਂਦਾ ਵੀ ਭਾਈ ਇਹ ਤਾਂ ਫਲਾਨਾ ਵੱਡਾ, ਜੇ ਇਹਨਾਂ ਦੇ ਪੰਗਾ ਲੈ ਲਿਆ ਤਾਂ ਕੋਈ ਮਤਲਬ ਹੈ ਕੁਛ ਨਾ ਕੁਛ ਪੈ ਜੂਗਾ ਜੀ। ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਹੈ ਜੀ, ਪਰ ਇਹ ਗੱਲ ਤਾਂ ਆਪਾਂ ਨੂੰ ਮੰਨਣੀ ਪੈਣੀ ਹੈ ਕਿ ਜੇ
ਉਹਨਾਂ ਦੇ ਨਾਨਕਿਆਂ ਦੇ ਘਰ ਚਲੇ ਗਏ ਆ ਚੋਰ, ਤਾਂ ਇਹਦਾ ਮਤਲਬ ਕਿ ਉਹਨਾਂ ਨੇ ਨਾਨਕਿਆਂ ਨੂੰ ਬਹੁਤੀ ਤਰਜੀਹ ਨਹੀਂ ਦਿੱਤੀ। ਅੱਛਾ ਜੀ। ਉਹਨਾਂ ਨੇ ਇਹ ਨਹੀਂ ਕਿਹਾ ਭਾਈ ਇਹ ਮੇਰੇ ਨਾਨਕੇ ਹੈ ਜਿਵੇਂ ਦੂਜਿਆਂ ਦੇ ਨਾਨਕੇ ਹੁੰਦੇ ਹੈ। ਸਾਡੇ ਤਾਂ ਨਾਨਕੇ ਕਈ ਲੀਡਰਾਂ ਦੇ ਇਹੋ ਜਿਹੇ ਵੀ ਨਾ ਵਿੱਚ ਜਿੱਥੇ ਨਾਨਕਿਆਂ ਦੇ ਦੋ ਦੋ ਸਰਪੰਚ ਬਣਾਉਣੇ ਪੈ ਗਏ। ਹਾਂਜੀ ਬਿਲਕੁਲ ਬਿਲਕੁਲ। ਵੀ ਜੇ ਇੱਕ ਸਰਪੰਚ ਬਣਾਤਾ ਭਾਈ ਨਾਨਕੇ ਰੁੱਸ ਦੂਜਾ ਮਾਮਾ ਰੁੱਸ ਜੂਗਾ, ਤੇ ਮਾਮਿਆਂ ਦੀ ਖਾਤਰ ਪਿੰਡ ਹੀ ਦੋ ਫੜ ਕਰਤਾ ਸੀ। ਉਹ ਭਾਵੇਂ ਪਿੰਡ ਇੱਕ ਸੀ ਪਰ ਪਿੰਡ ਚ ਪੰਚਾਇਤਾਂ ਦੋ ਬਣਾਤੀਆਂ ਸੀ, ਇਹੋ ਜਿਹਾ ਆਪਾਂ ਵੇਖਦੇ ਰਹੇ ਹਾਂ। ਸੋ ਇੱਥੇ ਜਿਹੜੀ ਹੈਗੀ ਇੱਥੇ ਕਹਿਣਾ ਪਊਗਾ ਵੀ ਸ਼ਾਇਦ ਭਗਵੰਤ ਸਿੰਘ ਮਾਨ ਨੇ ਆਪਣੇ ਨਾਨਕਿਆਂ ਨੂੰ ਇਹ ਇਜਾਜ਼ਤ ਨਹੀਂ ਦਿੱਤੀ ਕਿ ਉਹ ਕਹਿਣ ਵੀ ਹਾਂ ਸਾਡਾ ਦੋ ਤਾਂ ਹੈਗਾ ਭਾਈ ਮੁੱਖ ਮੰਤਰੀ ਹੈ ਜੀ, ਅਸੀਂ ਤਾਂ ਹੇਠਲੀ ਉੱਤੇ ਕਰ ਦਿਆਂਗੇ, ਮੇਰੇ ਕੋਲ ਹੇਠਲੀ ਉੱਤੇ ਨਹੀਂ ਹੁੰਦੀ ਜੀ। ਇਹ ਲੱਗਦੀ ਹੈ ਕਿਉਂਕਿ ਇਹਦਾ ਕਾਰਨ ਇਹ ਹੈ ਕਿ ਮਾਨ ਸਾਹਿਬ ਦੇ ਨਾਨਕਿਆਂ ਦੇ ਨਾਲ ਹੋਈ ਕੀ ਜੀ, ਉੱਥੇ ਕਹਿੰਦੇ ਜੀ ਆ ਪਿਛਲੇ ਦਿਨਾਂ ਦੇ ਵਿੱਚ ਰਾਤ ਨੂੰ ਪਿੰਡ ਖੜਿਆਲ ਹੈ ਜੀ, ਉਹ ਖੜਿਆਲ ਰੋਡ ਦੇ ਉੱਤੇ ਪਿੰਡ ਪੈਂਦਾ ਕੋਈ ਨਾਨਕੇ ਇਹਨਾਂ ਦੇ ਉੱਥੇ ਰਹਿੰਦੇ ਆ ਸੰਗਰੂਰ ਚ। ਅੱਛਾ ਜੀ। ਉਹਨਾਂ ਦੇ ਘਰੇ ਜੀ ਕਹਿੰਦੇ ਰਾਤ ਨੂੰ ਚੋਰੀ ਹੁੰਦੀ ਹੈ, ਸਵੇਰੇ ਉੱਠ ਕੇ ਉਹ ਦੇਖਦੇ ਹੈ ਤੇ ਦਾਨੇ ਵਾਲੀ ਸਾਹਿਬ ਜੇ ਆਮ ਦੇਖੀਏ ਆਮ ਕਿਸਾਨ ਹੀ ਹੈ ਹੁਣ ਮਾਨ ਸਾਹਿਬ ਦਾ, ਜੇ ਆਪਾਂ ਮੁੱਖ ਮੰਤਰੀ ਬਣ ਕੇ ਵੱਖਰੀ ਗੱਲ ਹੈ, ਸਧਾਰਨ ਕਿਸਾਨ ਪਰਿਵਾਰ ਚੋਂ ਬਿਲਕੁਲ ਬਿਲਕੁਲ, ਉਹ ਤਾਂ ਆਪ ਕਹਿੰਦੇ ਵੀ ਮੈਂ ਤਾਂ ਇੱਕ ਮਾਸਟਰ ਜੀ ਦਾ ਬੇਟਾ ਮਹਿੰਦਰ ਸਿੰਘ ਦਾ ਜੀ, ਤੇ ਸਾਡੇ ਕੋਲ ਤਾਂ ਭਾਈ ਇੱਕ ਆਮ ਛੋਟੇ ਕਿਸਾਨਾਂ ਜਿੰਨੀ ਜ਼ਮੀਨ ਹੈ, ਤੇ ਕਹਿੰਦੇ ਵੀ ਮੈਂ ਤਾਂ ਭਾਈ ਆਪ ਵੀ ਪੀਟਰ ਚਲਾਉਂਦਾ ਰਿਹਾ ਤੇ ਉੱਥੇ ਮਤਲਬ ਸਿਰ ਤੇ ਆਪਣੀ ਪਿੰਡੇ ਦੇ ਪੱਗ ਲੈ ਕੇ ਵੀ ਪੈਂਦੇ ਰਹੇ ਹਾਂ ਖੇਤਾਂ ਦੇ ਵਿੱਚ। ਇਹੋ ਜਿਹੇ ਨਾਨਕਿਆਂ ਦਾ ਵੀ ਹਾਲ ਉਹੋ ਜਿਹਾ ਹੁੰਦਾ, 20 ਤੋਲੇ ਸੋਨਾ ਲਾਲ ਦਾਨੇ ਵਾਲੀਆ ਜੀ ਖਾਲਾ ਜੀ ਦਾ ਵਾੜਾ ਨਹੀਂ ਬਹੁਤ ਹੁੰਦਾ ਜੀ, 20 ਤੋਲੇ ਸੋਨਾ ਤਾਂ ਅੱਜ ਕੱਲ 12 ਲੱਖ ਦਾ ਹੋ ਗਿਆ। ਹਾਂਜੀ 20 ਤੋਲੇ ਸੋਨਾ ਤੇ 1,00,000 ਰੁਪਏ ਦਾ ਨਗਦ ਜੀ ਜਿਹੜਾ ਉਹ ਚੋਰੀ ਹੋ ਗਿਆ ਜੀ। ਔਰ ਪਰ ਇਹਦੇ ਚ ਜਿਹੜਾ ਹੈਗਾ ਆਪਾਂ ਦੂਜੀ ਗੱਲ ਕਹੀਏ ਵੀ ਥੋੜਾ ਜਿਹਾ ਪੋਜ਼ਿਟਿਵ ਪੱਖ ਇਹ ਹੈ ਜੀ ਕਿ ਇਹ ਚੋਰ ਜਿਹੜੇ ਹੈਗੇ ਜੀ ਇਹ ਸੀਸੀਟੀਵੀ ਕੈਮਰੇ ਚ ਆ ਗਏ। ਅੱਛਾ ਜੀ। ਸਾਹਮਣੇ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਤੇ ਉਹ ਕੈਮਰਿਆਂ ਦੇ ਵਿੱਚ 3 ਜਾਣੇ ਜਿਹੜੇ ਘਰ ਚ ਵੜਦੇ ਜਿਹੜੇ ਹੈਗੇ ਉਹ ਦਿਖਦੇ ਆ। ਪੁਲਿਸ ਨੇ ਦਾਵਾ ਕੀਤਾ ਵੀ ਕੋਈ ਗੱਲ ਨਹੀਂ ਜੀ ਅਸੀਂ ਫੜ ਲਾਂਗੇ ਜੀ, ਪਰ ਹੁਣ ਤੱਕ ਜਿਹੜਾ ਹੈਗਾ ਫੜਨ ਦੀ ਖਬਰ ਨਹੀਂ ਆਈ ਵੀ ਫੜ ਲੈ ਕੇ ਨਹੀਂ ਫੜ ਲੈ, ਕਿਉਂਕਿ ਖਬਰ ਥੋੜੀ ਜਿਹੀ ਇਹ ਪੁਰਾਣੀ ਹੈ ਜੀ। ਤੇ ਜੇ ਹੁਣ ਆਪਾਂ ਦੇਖੀਏ ਦਾਨੇਵਾਲੀਆ ਸਾਹਿਬ, ਮੇਰਾ ਖਿਆਲ ਹੈ ਵੀ ਇੱਥੇ ਵੀ ਪੁਲਿਸ ਨੇ ਥੋੜੀ ਅਣਗਹਿਲੀ ਤਾਂ ਵਰਤੀ ਹੈ ਨਾ। ਹਾਂਜੀ ਹਾਂਜੀ। ਮੁੱਖ ਮੰਤਰੀ ਦੇ ਨਾਨਕਿਆਂ ਦੇ ਘਰੇ ਭਾਈ ਸਨ ਲੱਗ ਜੇ ਉੱਥੇ ਚੋਰੀ ਹੋ ਜੇ ਤੇ ਹੁਣ ਤੱਕ ਫੜੇ ਕਿਉਂ ਨਹੀਂ ਗਏ, ਫੜੇ ਕਿਉਂ ਨਹੀਂ ਗਏ? ਤੇ ਜੇ ਕਿਤੇ ਹੁੰਦਾ ਅਕਾਲੀਆਂ ਦਾ ਰਾਜ ਭਾਗ ਜਾਂ ਕਾਂਗਰਸੀਆਂ ਦਾ ਰਾਜ ਭਾਗ ਤਾਂ ਮੇਰੇ ਖਿਆਲ ਕੁੱਤੀਆਂ ਕੰਧਾਂ ਤੇ ਚੜਾ ਦੇਣਗੀਆਂ ਸੀ। ਕਾਂਗਰਸੀਆਂ ਦੇਖ ਲਓ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਘਰ ਵਾਲੀ ਰਾਣੀ ਪ੍ਰਨੀਤ ਕੌਰ ਦਾ ਬੈਂਕ ਚੋਂ ਪੈਸੇ ਉਡਾਏ ਸੀ ਤੇ ਕਿੱਥੋਂ ਜਾ ਕੇ ਚੱਕ ਲਏ ਸੀ 2 ਘੰਟੇ 'ਚ ਬੰਦੇ, ਮੇਰਾ ਖਿਆਲ ਝਾਰਖੰਡ ਚੋਂ ਝਾਰਖੰਡ ਚੋਂ ਹਾਂਜੀ ਝਾਰਖੰਡ ਚੋਂ ਲੈ ਜਾਂਦੇ ਸੀ ਫੜ ਲੈਂਦੇ ਸੀ। ਜੇ ਮਤਲਬ ਕਰਨ ਤੇ ਆ ਵੀ ਜੇ ਪੁਲਿਸ ਬੜਾ ਕੁਛ ਕਰ ਸਕਦੀ ਹੈ। ਹੁਣ ਦਾਨੇ ਵਾਲੀ ਸਾਹਿਬ ਦਾ ਅਗਲਾ ਪੱਖ ਦੇਖ ਲਓ ਜੀ ਵੀ ਜੇ ਮੁੱਖ ਮੰਤਰੀ ਦੇ ਨਾਨਕਿਆਂ ਦੀ ਹਾਲਤ ਇਹ ਹੈ ਤੇ ਫਿਰ ਤੇ ਜਿਹੜਾ ਐਰਾ ਗੈਰਾ ਉਹਦਾ ਉਹਦਾ ਕੀ ਬਣਦਾ ਹੋਊਗਾ, ਜਿਹੜਾ ਗਾਮੇ ਮਾਝੇ ਦੀ ਔਲਾਦ ਆ ਉਹ ਵਿਚਾਰੀ ਫਿਰ ਇਨਸਾਫ ਲੈਣ ਕਿੱਥੇ ਜਾਊਗੀ ਤੇ ਯਾਰ ਨਾਨਕਿਆਂ ਨੂੰ ਨੀ ਇਨਸਾਫ ਮਿਲਿਆ ਜੀ, ਇਹ ਤਾਂ ਚਿੰਤਾ ਦਾ ਕਾਰਨ ਬਣਦਾ ਨਾ। ਬਿਲਕੁਲ ਜੀ, ਕਿ ਵੀ ਇਹ ਪੰਜਾਬ ਦਾ ਲਾਂਡ ਆਰਡਰ ਕਿਹੜੇ ਪਾਸੇ ਨੂੰ ਜਾ ਰਿਹਾ ਕੋਈ ਢਿੱਲੋਂ ਸਾਹਿਬ। ਗੱਲ ਇਹ ਹੈ ਨਾ ਵੀ ਇੱਥੇ ਹੁਣ ਪਿੱਛੇ ਜੇ ਤੁਹਾਨੂੰ ਯਾਦ ਹੋਣਾ, ਮੈਂ ਅਫਸਰ ਦਾ ਨਾਮ ਭੁੱਲ ਗਿਆ, ਹੁਣ 2 ਪਰਚੇ ਦਿੱਤੇ ਤੇ ਸੁਨਿਆਰਿਆਂ ਤੇ, ਉਹ ਕਹਿੰਦਾ ਵੀ ਤੁਸੀਂ ਚੋਰੀ ਦਾ ਮਾਲ ਖਰੀਦਦੇ ਤੇ ਸੁਨਿਆਰੇ ਇਕੱਠੇ ਹੋ ਕੇ ਆ ਗਏ ਜੀ, ਸਾਨੂੰ ਕੀ ਪਤਾ ਚੋਰੀ ਦਾ ਹੈ। ਉਹ ਕਹਿੰਦਾ ਯਾਰ ਦੇਖੋ ਹੁਣ ਤੁਸੀਂ ਇਕੱਠੇ ਆ ਕੇ ਹੜਤਾਲ ਕਰੋਗੇ, ਚਲੋ ਵੱਖਰੀ ਗੱਲ ਆ, ਪਰ ਇਹ ਤਾਂ ਵੀ ਤੁਹਾਨੂੰ ਪਤਾ ਨਾ ਵੀ 100 ਰੁਪਏ ਦੀ ਚੀਜ਼ ਜਦੋਂ 40 ਚ ਲੈਂਦੇ ਹੋ ਤੇ ਇਹ ਵੀ ਦੇਖੋ ਵੀ ਆਹ ਬੰਦਾ ਜਿਹੜਾ ਵੇਚਣਾ ਇਹਦੇ ਕਾਂਟੇ ਹੈਗੇ ਕਿ ਨਹੀਂ ਹੈਗੇ, ਇਹਦੀ ਔਕਾਤ ਹੈਗੀ ਕਿ ਨਹੀਂ ਹੈਗੀ ਹੈ। ਦਾਨੇ ਵਾਲੀਆ ਜੀ ਇੱਕ ਪੁਰਾਣੀ ਗੱਲ ਹੈ ਮੈਂ ਤੁਹਾਨੂੰ ਦੱਸਦਾ, ਆਪਣੇ ਨਾ ਬਹੁਤ ਸਤਿਕਾਰਤ ਬਹੁਤ ਹੀ ਸਤਿਕਾਰਤ ਸੀਨੀਅਰ ਪੱਤਰਕਾਰ ਹੈ ਸਰਦਾਰ ਜਸਪਾਲ ਸਿੰਘ ਸਿੱਧੂ ਜੀ, ਉਹ UNI ਚ ਰਹੇ, ਅੱਜ ਕੱਲ੍ਹ ਚੰਡੀਗੜ੍ਹ ਰਹਿੰਦੇ ਆ ਤੇ ਉਹ ਮਤਲਬ ਵੱਖ ਵੱਖ TV ਚੈਨਲਾਂ ਦੇ ਉੱਤੇ ਆ ਕੇ ਡਿਬੇਟਾਂ ਚ ਭਾਗ ਵੀ ਲੈਂਦੇ ਆ, ਕਿਤਾਬ ਵੀ ਲਿਖੀ ਹੈ ਉਹਨਾਂ ਨੇ ਪਾਲੇ ਦੌਰ ਦੇ ਵਿੱਚ ਪੱਤਰਕਾਰਤਾ ਦੀ ਹਾਲਤ ਕੀ ਸੀ ਜੀ। ਉਹ ਬਠਿੰਡੇ ਇੱਥੇ ਮਤਲਬ ਜਿਹੜਾ ਹੈਗਾ ਜੀ ਕਰਦੇ ਹੁੰਦੇ ਸੀਗੇ, ਉਦੋਂ ਇੰਡੀਅਨ ਐਕਸਪ੍ਰੈਸ ਤੇ UNI ਨੂੰ ਕਵਰ ਕਰਦੇ ਹੁੰਦੇ ਸੀ ਜੀ, ਤੇ ਉਹਨਾਂ ਕੋਲ ਇੱਕ ਸਾਈਕਲ ਹੁੰਦਾ ਸੀ ਉਸ ਜ਼ਮਾਨੇ ਚ, ਸਾਡੇ ਵਾਲੇ ਜ਼ਮਾਨੇ ਚ ਸਾਈਕਲ ਹੀ ਬੜੀ ਵੱਡੀ ਬਹੁਤ ਵੱਡੀ ਚੀਜ਼ ਸੀ ਜੀ, ਬਹੁਤ ਵੱਡੀ ਚੀਜ਼ ਸੀ।
ਤੇ ਜੀ ਉਹਨਾਂ ਨੇ ਮਤਲਬ ਆ ਕੇ ਨਾ ਸਾਈਕਲ ਆਪਦਾ ਖੜਾ ਕੀਤਾ ਤੇ ਕੋਈ ਸਾਈਕਲ ਚੱਕ ਕੇ ਲੈ ਗਿਆ। ਅੱਛਾ ਜੀ। ਤੇ ਕੁਕੜੀ ਨੂੰ ਤੱਕਲੇ ਦਾ ਦਾਗੀ ਵਾਧੂ ਹੁੰਦਾ। ਹਾਂਜੀ ਹਾਂਜੀ। ਉਹਨਾਂ ਰੌਲਾ ਪੈ ਗਿਆ ਯਾਰ, ਸਾਈਕਲ ਚੱਕ ਕੇ ਲੈ ਗਏ, ਸਾਈਕਲ ਚੱਕ ਕੇ ਲੈ ਗਏ, ਕਿਉਂਕਿ ਨਾਮਵਰ ਸ਼ਖਸ ਸੀਗਾ ਤੇ ਵਕੀਲਾਂ ਦੇ ਨਾਲ ਉੱਠਣੀ ਬੈਠਣੀ ਸੀ ਜੀ। ਤੇ ਇੱਥੇ ਸਰਦਾਰ ਸੁਖਦੀਪ ਸਿੰਘ ਭਿੰਡਰ ਸਾਹਿਬ ਆਪਣੇ ਇੱਕ ਵਕੀਲ ਹੁੰਦੇ, ਉਹਨਾਂ ਦੇ ਟਿਕਾਣੇ ਤੇ ਆ ਕੇ ਬਹਿ ਜਾਂਦੇ ਉੱਥੇ, ਚਲੋ ਚਾਹਾਂ ਪਾਣੀਆਂ ਪੀ ਲੈਂਦੇ ਸਾਰੇ ਪੱਤਰਕਾਰਾਂ ਦਾ, ਇੱਕ ਸੈਂਟਰ ਜਿਹਾ ਬਣਿਆ ਬਣ ਜਾਂਦਾ। ਹਾਂਜੀ। ਉੱਥੇ ਕਹਿੰਦੇ ਯਾਰ ਭਿੰਡਰ ਸਾਹਿਬ ਆਪਣੇ ਤਾਂ ਕਹਿੰਦੇ ਯਾਰ ਸਿੱਧੂ ਸਾਹਿਬ ਦਾ ਸਾਈਕਲ ਹੀ ਚੱਕਿਆ ਗਿਆ, ਉਹ ਕਹਿੰਦੇ ਸਾਈਕਲ ਚੱਕਿਆ ਗਿਆ, ਭਾਲ ਲੈਣੇ ਸਾਈਕਲ ਤਾਂ ਮੰਗਵਾ ਲੈਣੇ। ਕਹਿੰਦੇ ਕੌਣ, ਕਹਿੰਦੇ ਕਿਹੜਾ ਵਕੀਲ ਲੜਦਾ ਵੀ ਇਹਨਾਂ ਦੇ ਜਿਹੜੇ ਹੈਗੇ ਚੋਰਾਂ ਦੇ ਕੇਸ, ਉਹ ਕਹਿੰਦੇ ਫਲਾਨਾ ਲੜਦਾ, ਉਹ ਕਹਿੰਦੇ ਚਲੋ ਟੁੱਟ ਕੇ ਭਿੰਡਰ ਸਾਹਿਬ ਚਲੇ ਗਏ। ਕਹਿੰਦੇ ਗੱਲ ਸੁਣ ਬਈ, ਸਾਡੇ ਜਿਹੜੇ ਹੈਗੇ ਪੱਤਰਕਾਰ ਸਾਹਿਬ ਦਾ ਹੋ ਗਿਆ ਸਾਈਕਲ ਚੋਰੀ, ਤੇ ਮਿੱਤਰਾਂ ਸਾਈਕਲ ਲਿਆ ਕੇ ਦਿਓ, ਸਾਨੂੰ ਨੀ ਪਤਾ ਕਿਵੇਂ ਹੈ। ਜੈਲਾਂ ਹੁੰਦੀਆਂ ਜੀ, ਕੋਈ ਨੀ, ਸ਼ਾਮ ਨੂੰ ਸਾਈਕਲ ਆ ਗਿਆ ਸੀ ਜੀ, ਸਾਈਕਲ ਫੜਾਤਾ ਸੀ। ਹੁਣ ਚੋਰਾਂ ਦਾ, ਚੋਰਾਂ ਯਾਰਾਂ ਆਸ਼ਕਾਂ ਦੀ ਜਿਹੜੀ ਕਹਿੰਦੇ ਹੁੰਦੇ ਕਸਮਾਂ ਨਾਲ ਵਿਹਾਰ, ਚੋਰਾਂ ਦੇ ਟਿਕਾਣੇ ਪੁਲਿਸ ਨੂੰ ਪਤਾ ਹੁੰਦਾ। ਬਿਲਕੁਲ ਬਿਲਕੁਲ, ਠੀਕ ਹੈ ਨਾ, ਚੋਰਾਂ ਦੇ ਟਿਕਾਣਿਆਂ ਦਾ ਪੁਲਿਸ ਨੂੰ ਪਤਾ ਹੁੰਦਾ ਕਿਹੜੇ ਕਿਹੜੇ ਲੋਕ ਆ ਕੇ ਕੁਆੜੀਆਂ ਕੋਲੇ ਸਮਾਨ ਵੇਚਦੇ ਆ, ਤੇ ਕਿਹੜਾ ਕੁਆੜੀਆਂ ਕਿਹੜਾ ਸਮਾਨ ਲੈਂਦਾ, ਠੀਕ ਹੈ, ਸੁਨਿਆਰਾ ਕਿਹੜਾ ਚੋਰੀ ਦਾ ਸਮਾਨ ਲੈਂਦਾ ਤੇ ਕਿਹੜਾ ਨਕਦੀ ਦਾ, ਜਿਹੜਾ ਜਿਹੜਾ ਦੂਜਾ ਲੈਂਦਾ ਭਾਈ ਸਾਰਾ ਪਤਾ, ਉਹ ਵੀ ਪਤਾ ਹੁੰਦਾ। ਇਸ ਕਰਕੇ ਥਾਣੇਦਾਰ ਤਾਂ ਠੀਕ ਕਹਿੰਦਾ ਸੀ ਭਾਈ ਤੁਸੀਂ ਹੜਤਾਲ ਕਰੋਗੇ, ਤੇ ਜੇ ਥਾਣੇਦਾਰ ਕੱਲੇ ਵੈਸੇ ਕਹਿੰਦਾ ਵੀ ਕੰਨਾ ਬਾਟੀ ਕੁਰ ਕਰਦਾ ਵੀ ਭਾਈ ਥੋੜਾ ਫਲਾਨਾ ਬੰਦਾ ਜਾ, ਉਸ ਨੂੰ ਪੁੱਛਾ ਵੀ ਹਾਂ ਝਾਕ ਮੇਰੇ ਕਹਿੰਦੀ ਬਈ ਬੇਖੀ ਝਾਕੀ ਕਰਾ, ਮਾਈ ਬਾਪ ਛੱਡੋ ਕਾਹਨੂੰ ਜੀ, ਕਾਹਨੂੰ ਦੂਜਾ ਚੱਕ ਜਾਂਦੇ ਹੋ, ਇਹ ਹੁੰਦੀ ਹੈ ਗੱਲ। ਇਸ ਗੱਲ ਦਾ ਇਹ ਮਤਲਬ ਜਿਹੜੀ ਚੋਰੀ ਚੱਪਾ ਜਿਹੜਾ ਹੈਗਾ ਨਾ, ਕਦੇ ਮਿਲੀ ਭੁਗਤ ਵਗੈਰਾ, ਵੇਖੋ ਸਮਗਲਿੰਗ ਜਿਹੜੀ ਹੈਗੀ ਹੈ, ਨਸ਼ੇਬਾਜ਼ ਦਾ ਕਾਰੋਬਾਰ ਜੀ, ਤੋ ਦੜੇ ਸੱਟੇ ਦਾ ਕਾਰੋਬਾਰ ਜੀ, ਤੁਹਾਡੀ ਦਾ ਨਜਾਇਜ਼ ਦਾਰੂ ਦਾ ਕਾਰੋਬਾਰ, ਇਹ ਕਦੇ ਕਾਰੋਬਾਰ ਜਿਹੜੇ ਹੈਗੇ ਹੈ, ਇਹ ਮੁਕਾਮੀ ਪੁਲਿਸ ਨਾਲ ਦੇ ਆਪਾਂ ਦੇਖੀਏ ਪੋਲੀਟੀਕਲ ਸੰਡਗੰਡ ਤੋਂ ਬਿਨਾਂ ਹੁੰਦੀ ਨਹੀਂ, ਪੋਲੀਟੀਕਲ ਸਰਪ੍ਰਸਤੀ ਤੋਂ ਵਗੈਰਾ ਕਦੇ ਚੱਲਦੀ ਨਹੀਂ ਹੁੰਦੀ ਜੀ, ਕਿਉਂਕਿ ਅੱਜ ਕੱਲ੍ਹ ਥਾਣੇ ਤੁਹਾਡੇ ਪਤਾ ਵੈਸੇ ਸ਼ੁਰੂ 'ਚ ਇਹਨਾਂ ਨੇ ਕੀਤਾ ਸੀਗਾ ਮਾਨ ਸਾਹਿਬ ਦੀ ਸਰਕਾਰ ਨੇ ਕਿ ਜੀ ਅਸੀਂ ਰਾਜਸੀ ਦਖਲਅੰਦਾਜ਼ੀ ਨਹੀਂ ਆਉਣ ਦੇਵਾਂਗੇ, ਪਰ ਹੁਣ ਰੌਲਾ ਪਾ ਲਿਆ ਐਮਐਲਏ ਨੇ, ਹੋ ਗਈ ਜੀ, ਹੋ ਗਈ ਹੋ ਗਈ ਹੋ ਗਈ, ਹਾਂ ਨਹੀਂ ਉਹ ਰੌਲਾ ਪਾ ਲਿਆ ਐਮਐਲਏ ਨੇ ਜੀ, ਸਾਡੀ ਤਾਂ ਚੱਲਦੀ ਨਹੀਂ, ਆਪਾਂ ਨੂੰ ਤਾਂ ਨਹੀਂ ਆਈਆਂ 13-13 ਤੇਰਾਂ ਜੀਰੋ ਤਾਂ ਨਹੀਂ ਹੋਈ, ਦੂਜੇ ਪਾਸੇ ਵੀ ਅਸੀਂ ਸਾਡੀ ਚੱਲਦੀ ਨਹੀਂ, ਚੱਲਣ ਵਾਲੇ ਪਾਸੇ ਹੁਣ ਮੁਨਸ਼ੀ ਤੋਂ ਲੈ ਕੇ ਡਿਪਟੀ ਤੱਕ ਲੱਗਣ ਲੱਗ ਗਏ ਜੀ, ਹਾਂਜੀ, ਤਾਂ ਫਿਰ ਉਹਦੇ 'ਚ ਫਿਰ ਉਹ ਕੰਮ ਤਾਂ ਚੱਲੂਗਾ ਜੀ, ਜੋ ਸੰਤੇ ਬੰਤੇ ਲੱਗਣ ਲੱਗ ਪਏ, ਹਾਂ ਹਾਂ, ਪੋਲੀਟੀਕਲ ਸਰਪ੍ਰਸਤੀ ਵੀ ਹੋ ਗਈ, ਪੁਲਿਸ ਦੀ ਵੀ ਨਾਲ ਹੋ ਗਈ, ਤੇ ਨਾਲ ਫਿਰ ਚੋਰ ਚੱਕੇ ਵੀ ਰਲ ਗਏ ਜੀ, ਤੇ ਫਿਰ ਕੰਮ ਤਾਂ ਜੀ ਫਿਰ ਨਾਨਕਿਆਂ ਵੀ ਚੋਰੀ ਤਾਂ ਹੋਊਗੀ ਜਾਂਦੇ ਵਾਲ ਗਿਆ ਜੀ, ਬਿਲਕੁਲ ਬਿਲਕੁਲ, ਉਹਦੇ 'ਚ ਚੋਰਾਂ ਦਾ ਕਸੂਰ ਨਹੀਂ, ਤਾਂ ਸਿਸਟਮ ਉਸ ਪਾਸੇ ਨੂੰ ਜਾ ਰਿਹਾ, ਬਿਲਕੁਲ। ਮੈਂ ਪਿੱਛੇ ਜੇ ਆਪਾਂ ਵੀਡੀਓ ਪਾਈ ਸੀਗੀ ਇੱਕ, ਉਹ ਸਿੱਧਾ ਹੀ ਕਹੀ ਜਾਂਦਾ, ਮੈਂ ਜੀ ਧਰਮਕੋਟ ਦੇ ਫਲਾਨੇ ਕਬਾੜੀਏ ਦੇ ਅਸੀਂ ਬੰਦੇ ਹਾਂ, ਬਸ ਉਹਨੂੰ ਸਮਾਨ ਜਾ ਕੇ ਦੇ ਦਿੰਦੇ, ਕਹਿੰਦੇ ਕਿੰਨੇ ਕੁ ਬੰਦੇ ਹੈਗੇ ਜੀ, ਕਹਿੰਦਾ 40-45 ਬੰਦੇ ਜਿਹੜੇ ਟਰਾਂਸਫਾਰਮਰ ਚੋਰੀ ਕਰਦੇ ਆ। ਮੈਂ ਫਿਰ ਇੱਕ ਬੰਦੇ ਨੂੰ ਪੁੱਛਿਆ, ਮੈਂ ਕਿਹਾ ਤੇਲ ਕੀ ਕੰਮ ਆਉਂਦਾ ਟਰਾਂਸਫਾਰਮਰ ਦਾ, ਕਿੰਨਾ ਕੁ ਮਹਿੰਗਾ ਹੁੰਦਾ, ਕਹਿੰਦਾ ਬਈ ਮਹਿੰਗਾ ਮੁੰਗਾ ਤਾਂ ਬਾਹਲਾ ਨਹੀਂ, ਬਸ ਕਹਿੰਦੇ ਪੈਟਰੋਲ ਪੰਪਾਂ ਵਾਲੇ ਜਾਂ ਜਿਹੜੇ ਆ ਡੀਜ਼ਲ ਵੇਚਦੇ ਆ ਨਾ, ਇਹ ਲੈ ਲੈਂਦੇ, ਉਹ ਡੀਜ਼ਲ 'ਚ ਮਿਲਾ ਦਿੰਦੇ ਇਹਨੂੰ ਬਸ, ਹੈਂ। ਮੈਂ ਕਿਹਾ ਦੱਸੋ ਆਹ ਵੀ ਹਾਲ ਹੋਇਆ ਪਿਆ ਯਾਰ, ਹੈਂ, ਜਿਹਦੀ ਤੇਲ ਨਿਕਲ ਗਿਆ ਅਗਲੇ ਦਾ ਸਵੇਰੇ ਧੂੰਆਂ ਨਿਕਲ ਜਾਂਦਾ, ਹੈਂਜੀ, ਮੁੜ ਕੇ ਆਇਆ ਇਹੋ ਜਿਹੀ ਰੋਤਾ, ਮੁੜ ਕੇ 17-18 ਹਜ਼ਾਰ ਰੁਪਈਆ ਉਹ ਬਿਜਲੀ ਬੋਰਡ ਵਾਲੇ ਲੈ ਲੈਂਦੇ ਆ, ਤੁਹਾਨੂੰ ਪਤਾ ਦੰਦ ਘਸਾਈ ਦਾ ਵੀ ਨਵਾਂ ਰਖਾਉਣਾ, 50-60 ਹਜ਼ਾਰ 'ਚ ਪੈ ਜਾਂਦਾ ਜੀ ਮੁੜ ਕੇ ਉਹ। ਤੇ ਢਿੱਲੋ ਸਾਹਿਬ, ਵੈਸੇ ਮਸਲਾ ਕੋਈ ਇਹ ਨਵਾਂ ਨਹੀਂ, ਪਰ ਬੜੀ ਹਿੰਮਤ ਕੀਤੀ ਆ, ਮੈਂ ਦਾਤ ਦਿੰਦਾ ਹਿਮਾਚਲ ਵਾਲੇ ਇੰਸਟੀਟਿਊਟ ਵਾਲਿਆਂ ਨੂੰ, ਆ ਕਹਿੰਦੇ ਜਦੋਂ ਵੀ ਨਾਇਕ ਨੂਕਦੀਆਂ ਅਤੇ ਹੋਰ ਬੜੀਆਂ ਕਮੇਟੀਆਂ ਆਉਂਦੀਆਂ ਨਾ ਕਾਲਜਾਂ ਦੇ ਵਿੱਚ, ਅਤੇ ਉਹ ਫਿਰ ਕਾਲਜ ਜਿਨ੍ਹਾਂ ਦੇ ਆਉਣਾ ਹੁੰਦਾ ਨਾ, ਉਹ ਫਿਰ ਆਏ ਉਹਨਾਂ ਦੀ ਸੇਵਾ ਕਰਦੇ, ਜਿਵੇਂ ਮੈਂ ਸਿੱਧੀ ਗੱਲ ਕਹਿੰਦਾ ਬਿਨਾਂ ਕੁੜੀ ਵਾਲਾ ਪ੍ਰਾਹੁਣਾ ਜਿਹੜਾ ਆਇਆ ਹੁੰਦਾ ਨਾ, ਹੈਂ, ਉਵੇਂ ਸੇਵਾ ਕਰਦੇ ਆ,
ਖੇੜੀ ਵਾਲੇ ਦਾ ਮੂੰਹ ਵਾਲੇ ਵਰਗਾ ਕਰਤਾ ਜੀ, ਦੰਦ ਸਾਰੇ ਕੱਢਤੇ ਅਗਲਿਆਂ ਨੇ ਸਾਡੇ ਹੀ ਮੁੜ ਕੇ। ਸੱਤ ਸਾਲ ਤੱਕ ਉਡੀਕਦੇ ਰਹਿੰਦੇ ਆ ਵੀ ਉਹ ਜਿਹੜਾ ਡੋਰੀ ਐਕਟ 7 ਸਾਲ ਤੱਕ ਲੱਗਦਾ ਵੀ 7 ਸਾਲ ਤੱਕ ਤਾਂ ਭਾਵੇਂ ਪੈਰੀਂ ਹੱਥ ਲਾ ਕੇ ਦਿਨ ਕੱਟਣੇ ਪੈਣ, ਬੰਦੇ ਨੂੰ ਕੱਟਣੇ ਪੈਂਦੇ ਆ। ਬਿਲਕੁਲ, ਆਹ ਜਿਹੜੇ ਕਾਲਜ ਦੀ ਕਹਿੰਦੇ ਨਿਰੀਖਣ ਕਰਨ ਗਏ ਸੀ, ਇਹਨਾਂ ਨੇ ਵੀ ਕਹਿੰਦੇ ਨਵਾਂ ਨੂੰ ਧਰਾਲਿਆ ਵਿੱਚ ਤੇ ਆਉਂਦੇ ਹੀ ਰਾਹ 'ਚ ਕਹਿੰਦੇ ਬਾਰਡਰ ਹੀ ਟੱਪਣ ਦਿੱਤਾ। ਮਤਲਬ ਮੈਨੂੰ ਲੱਗਦੀ ਹੈ ਵੀ ਆਪਣੀ ਪੁਲਿਸ ਦੇ ਨਾਲ ਉਹਨਾਂ ਹਿਮਾਚਲ ਦੀ ਪੁਲਿਸ ਸਾਊ ਵੀ ਹੈਗੀ ਹੈ ਤੇ ਇੱਥੇ ਕੰਮ ਵੀ ਕਰਦੇ ਆ ਉਹ, ਪਰ ਸਾਊ ਤਰੀਕੇ ਨਾਲ ਜੀ। ਉਹ ਬਾਹਾਂ ਬੂਹਾਂ ਬੰਨ ਤਾਂ ਲੈਂਦੇ ਆ ਪਰ ਉਹ ਕਹਿੰਦੇ ਵੀ ਕੋਈ ਨਹੀਂ, ਥੋੜ੍ਹਾ ਜਿਹਾ ਬਾਹਰ ਨਿਕਲ ਜਾ ਰਿਹਾ, ਇੱਥੇ ਠੀਕ ਨਹੀਂ ਹੈਗਾ, ਤੇਰੀ ਲੋਕਾਂ 'ਚ ਬੇਇੱਜ਼ਤੀ ਨਾ ਹੋਵੇ। ਅਸਲ 'ਚ ਦਾਨੇਵਾਲੀਆ ਸਾਹਿਬ ਇਹ ਜਿਹੜੀ ਮੈਡੀਕਲ ਕੌਂਸਲ ਆਫ ਇੰਡੀਆ ਦੀ ਜਾਂ ਜਿਹੜੀ ਕੋਈ ਜੋ ਵੀ ਸੰਸਥਾ ਹੈਗੀ, ਇਹ ਹਰ ਸਾਲ ਨਿਰੀਖਣ ਕਰਾਉਂਦੇ ਆ, ਮੁਲਾਂਕਣ ਕਰਾਉਂਦੇ ਆ ਕਾਲਜਾਂ ਦਾ, ਜਿਹੜੇ ਇਹਨਾਂ ਦੇ ਇੰਸਟੀਚਿਊਟ ਹੁੰਦੇ ਆ ਸਾਰਿਆਂ ਦਾ, ਵੀ ਭਾਈ ਉੱਥੇ ਠੀਕ ਕੰਮ ਚੱਲਦਾ, ਕਿ ਉੱਥੇ ਇਨਫਰਾਸਟ੍ਰਕਚਰ ਠੀਕ ਹੈਗਾ, ਕਿ ਉੱਥੇ ਜਿਹੜੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਪੜ੍ਹਾਉਣ ਵਾਲੇ ਟੀਚਰ ਹੈਗੇ ਆ, ਕਿ ਮਰੀਜ਼ ਉੱਥੇ ਠੀਕ ਪੈਂਦੇ ਆ, ਇਹ ਸਾਰਾ ਕੁਛ ਦੇਖਣਾ ਪੈਂਦਾ ਉਹਨਾਂ ਨੂੰ। ਤੇ ਆਮ ਤੌਰ ਦੇ ਉੱਤੇ ਭਾਵੇਂ ਕਿਸੇ ਹੋਸਪਿਟਲ ਦੇ ਵਿੱਚ, ਕਿਸੇ ਮੈਡੀਕਲ ਕਾਲਜ ਦੇ ਵਿੱਚ, ਇੰਸਟੀਚਿਊਟ ਦੇ ਵਿੱਚ, ਆਮ ਹਾਲਤਾਂ ਦੇ ਵਿੱਚ ਭਾਵੇਂ ਮਤਲਬ ਉੱਥੇ ਸਟਾਫ ਪੂਰਾ ਨਾ ਹੋਵੇ, ਪਰ ਜਦੋਂ ਇਹ ਮੈਡੀਕਲ ਇਨਸਪੈਕਸ਼ਨ ਵਾਲੀ ਟੀਮ ਆਉਂਦੀ ਆ ਨਾ ਜੀ, ਉਦੋਂ ਸਾਰਾ ਕੁਛ ਹੀ ਪੂਰਾ ਕਰ ਲੈਂਦੇ ਆ ਜੀ। ਫਿਰ ਵੀ ਮਤਲਬ ਕਈ ਵਾਰੀ ਇਹ ਹੁੰਦਾ ਵੀ ਨਹੀਂ ਯਾਰ, ਕਿਤੇ ਕੋਈ ਕਮੀ ਪੇਸ਼ੀ ਨਾ, ਇਹਨਾਂ ਦੀ ਸੇਵਾ ਕਰੋ ਜੀ, ਫਿਰ ਉਹ ਸੇਵਾ ਵੀ ਕਰਨੀ ਪੈਂਦੀ ਹੈ। ਤੇ ਜਦੋਂ ਬੰਦੇ ਚਲੇ ਜਾਂਦੇ ਆ ਜਿਨ੍ਹਾਂ ਨੇ ਜਾ ਕੇ ਪੜਤਾਲ ਕਰਨੀ ਹੁੰਦੀ ਹੈ, ਜਾਂਚ ਕਰਨੀ ਹੁੰਦੀ ਹੈ, ਤੇ ਮੇਖ ਮੀਨ ਮੇਖ ਤਾਂ ਕੱਢ ਹੀ ਲੈਂਦੇ ਨੇ ਭਾਈ, ਆਹ ਜਿਹੜੇ ਬੰਦੇ ਪਏ ਇਹਨਾਂ ਦਾ ਚੰਗੇ ਭਲੇ ਤਾਂ ਤੁਸੀਂ ਵੀ ਪਏ ਆ, ਇਹਦਾ ਮਰੀਜ਼ ਬਣਾਏ ਹੋਏ ਜੀ, ਤਾਂ ਕੁਛ ਨਾ ਕੁਛ ਕੱਢ ਲੈਂਦੇ ਆ। ਐਤਕੀ ਜਿਹੜੀ ਇਹਨਾਂ ਨੇ ਜਿਹੜੀ ਸੀਨਟ ਟੀਮ ਬਣਾਈ ਸੀਗੀ ਯੂਨੀਵਰਸਿਟੀਆਂ ਦੀ ਚੈਕਿੰਗ ਕਰਨ ਵਾਸਤੇ, ਉਹ ਟੀਮ ਜਿਹੜੀ ਹੈਗੀ ਹੈ ਕੁੱਲ ਮਿਲਾ ਕੇ ਤਾਂ ਆਪਾਂ ਕਹਿ ਸਕਦੇ ਵੀ ਬਾਬਾ ਫਰੀਦ ਜਿਹੜੀ ਯੂਨੀਵਰਸਿਟੀ ਆਪਣੇ ਉਹਦੀ ਹੈ, ਨਾਂ ਤਾਂ ਉਹਦਾ ਬੋਲਦਾ ਜੀ, ਪਰ ਇਹਦੇ ਜਿਹੜੇ ਦੋ ਬੰਦੇ ਗਏ ਆ, ਦੋ ਬੰਦਿਆਂ ਦੇ ਵਿੱਚੋਂ ਬਾਬਾ ਫਰੀਦ ਯੂਨੀਵਰਸਿਟੀ ਦਾ ਤਾਂ ਬੰਦਾ ਇੱਕੋ ਹੀ ਹੈ ਜੀ, ਤੇ ਇੱਕ ਜਿਹੜਾ ਹੈਗਾ ਜੀ ਸੈਂਟਰਲ ਯੂਨੀਵਰਸਿਟੀ ਦਾ ਹੈ, ਆ ਬਠਿੰਡੇ ਵਾਲੀ ਦਾ, ਬਠਿੰਡੇ ਵਾਲੀ ਦਾ, ਹਾਂ ਪੰਜਾਬ ਸਾਡੇ ਵਾਲੀ ਦੇ ਲਾ ਲਓ ਤੁਸੀਂ, ਤੁਹਾਡੇ ਪਿੰਡ ਵਾਲੀ ਦਾ ਲਾ ਲਓ, ਸਾਡੇ ਪਿੰਡ ਵਾਲੀ ਦਾ, ਹਾਂਜੀ ਹਾਂਜੀ, ਜਿਹੜਾ ਤਾਂ ਹੈਗਾ ਬਾਬਾ ਫਰੀਦ ਵਾਲਾ, ਉਹਦਾ ਨਾਂ ਤਾਂ ਹੈਗਾ ਜੀ ਰਕੇਸ਼ ਚਾਵਲਾ ਜੀ, ਤੇ ਜਿਹੜਾ ਘੁੱਦਾ ਸੈਂਟਰਲ ਯੂਨੀਵਰਸਿਟੀ ਦਾ ਮਤਲਬ ਜਿਹੜਾ ਹੈਗਾ ਪ੍ਰੋਫੈਸਰ, ਉਹਦਾ ਨਾਂ ਹੈਗਾ ਪੁਨੀਤ ਕੁਮਾਰ ਜੀ। ਇਹਨਾਂ ਦੋਨਾਂ ਨੇ ਜੀ ਧਰਮਸ਼ਾਲਾ ਦੇ ਨੇੜੇ ਉੱਥੇ ਇੱਕ ਮਤਲਬ ਜਿਹੜਾ ਹੈਗਾ ਇੰਸਟੀਚਿਊਟ ਹੈ ਜਿਹੜੀ, ਉਹਦਾ ਨਿਰੀਖਣ ਕੀਤਾ ਜੀ, ਨਿਰੀਖਣ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਭਾਈ ਉਹਨਾਂ ਨੇ ਸੇਵਾ ਪਾਣੀ ਤਾਂ ਕੀਤੀ, ਕਰਨੀ ਕਰਨੀ ਹਾਂਜੀ ਹਾਂਜੀ, ਉਹ ਕਹਿੰਦੇ ਦੰਦ ਘਸਾਈ ਵੀ, ਦੰਦ ਘਸਾਈ ਵੀ ਲੈ ਲਈ ਜੀ, ਦੰਦ ਘਸਾਈ ਲੈ ਕੇ ਜੀ ਫਿਰ ਕੰਬਲਾ ਕੁੰਬਲਾ 'ਚ ਲਪੇਟ ਕੇ ਉਹਨੂੰ ਤੇ ਆਪਦੀ ਗੱਡੀ ਦੇ ਵਿੱਚ ਬਹਿ ਗਏ, ਤੇ ਗੱਡੀ ਵੀ ਸੁੱਖ ਨਾਲ ਕਰੇਟਾ ਜੀ, ਉਹ ਕਰੇਟਾ ਗੱਡੀ ਤੇ ਕਰੇਟਾ ਗੱਡੀ ਦੇ ਵਿੱਚ ਜੀ ਉਹ ਚੱਲ ਪਏ ਉੱਥੋਂ ਨਾਲ ਡਰਾਈਵਰ ਸਾਹਿਬ ਜੀ, ਤੇ ਉਸੇ ਸਮੇਂ ਦੌਰਾਨ ਐਵੇਂ ਅਚਨਚੇਤ ਤਾਂ ਮੇਰੇ ਖਿਲਾਫ ਇਨਫੋਰਮੇਸ਼ਨ ਮਿਲਦੀ ਨਹੀਂ ਜੀ, ਉਹਨਾਂ ਨੇ ਤਾਂ ਹਾਂ ਦਿੱਤੀ ਤਾਂ ਇੰਸਟੀਚਿਊਟ ਵਾਲੇ ਨੇ ਹੋਣੀ ਆ ਵੀ ਭਾਈ ਆਹ ਨੰਬਰ ਵਾਲੇ ਬੰਦੇ ਤੇ ਸਮਾਨ ਲੈ ਚੱਲੇ ਆ ਜੀ, ਤੇ ਧਰਮਸ਼ਾਲਾ ਦੇ ਕੋਲੇ ਨਾਕਾ ਲਾ ਲਿਆ ਜੀ ਉਹਨਾਂ ਨੇ, ਆ ਜਾਓ ਵੀ, ਤੇ ਬੜੇ ਆਰਾਮ ਦੇ ਨਾਲ ਰੋਕ ਕੇ ਉਹ ਕਹਿੰਦੇ ਜੀ ਆ ਜਾਓ, ਕੌਣ ਹੈ ਤੁਸੀਂ, ਕਹਿੰਦੇ ਜੀ ਪ੍ਰੋਫੈਸਰ ਹੋਣੇ ਆ, ਆ ਜਾਓ ਪ੍ਰੋਫੈਸਰ ਸਾਹਿਬ, ਫਿਰ ਥੋੜੀ ਤਲਾਸ਼ੀ ਲੈ ਲਈਏ ਜਰਾ ਜੀ, ਕੋਈ ਚੰਗਾ ਮਾੜਾ ਸਮਾਨ ਨਾ ਕਿਸੇ ਨੇ ਰੱਖਦਾ ਹੋਵੇ ਗੱਡੀ 'ਚ, ਤੇ ਉਹਨਾਂ ਨੇ ਜੇ ਤਲਾਸ਼ੀ ਲਈ ਤੇ 3,500,000 ਰੁਪਈਆ ਬਰਾਮਦ ਹੋ ਗਿਆ ਜੀ। ਫਿਰ ਪਤਾ ਲੱਗਿਆ ਵੀ ਆਏ ਕਿੱਥੇ ਤੇ ਕਿੱਧਰ ਨੂੰ ਜਾਣਾ, ਤੇ ਸਾਰੀ ਗੱਲ ਖੁੱਲ ਗਈ ਜੀ, ਉਹਦੇ 'ਚ ਫਿਰ ਉਹਨਾਂ ਨੇ ਇੰਸਟੀਚਿਊਟ ਵਾਲਿਆਂ ਨੂੰ ਵੀ ਸ਼ਾਮਿਲ ਕਰ ਲਿਆ ਤੇ FIR ਦਰਜ ਹੋ ਗਿਆ ਜੀ ਦੋਨਾਂ ਦੇ ਖਿਲਾਫ। ਅੱਛਾ ਜੀ, ਹੁਣ ਦਾਨੇਵਾਲੀਆ ਸਾਹਿਬ 3,500,000 ਰੁਪਈਆ, ਦੱਸੋ 3,500,000 ਰੁਪਈਆ ਜੇ ਤੁਹਾਡੇ ਮੇਰੇ ਵਾਸਤੇ ਤਾਂ ਕੋਈ ਚੀਜ਼ ਹੋ ਸਕਦੀ ਹੈ, ਇੱਕ ਪ੍ਰੋਫੈਸਰ ਦੀ ਤਨਖਾਹ ਕਿੰਨੀ ਹੈ? 2,00,000 ਦੇ ਇਹਨਾਂ ਦੇ, ਤਾਂ ਪ੍ਰੋਫੈਸਰ ਜਿਹੜੇ 2,50,000 ਦੇ ਨੇੜੇ ਤੇੜੇ ਹੋਊ ਘੱਟੋ ਘੱਟ। ਮੈਂ ਤੁਹਾਨੂੰ ਮੈਂ ਪਿੱਛੇ ਜੇ ਨਾ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਕੋਈ ਫੰਕਸ਼ਨ ਸੀ ਜੀ, ਉਸ ਫੰਕਸ਼ਨ ਦੇ ਉੱਤੇ ਮੈਨੂੰ ਵੀ ਜਾਣ ਦਾ ਮੌਕਾ ਮਿਲ ਗਿਆ ਜੀ, ਉੱਥੇ ਇੱਕ ਦੋ ਮਤਲਬ ਪ੍ਰੋਫੈਸਰ ਜਿਹੜੇ ਹੈਗੇ ਉਹ ਜਾਣਦੇ ਆ, ਪੁਰਾਣਾ ਉਹਨਾਂ ਦਾ ਕੋਈ ਇਤਿਹਾਸ ਆਪਣੇ ਨਾਲ ਮਿਲਦਾ ਜੁਲਦਾ ਹੈ ਜੀ, ਤੇ ਉਹ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ, ਤੇ ਮੈਂ ਵੀ ਕਿਵੇਂ ਕੀ ਲੱਗਦਾ ਵੀ ਉਹ ਹਾਂਜੀ ਬਹੁਤ ਸੀ ਕਿਰਪਾ ਜੀ,
ਤੇ ਮੈਂ ਕਿਹਾ ਵੀ ਭਾਈ ਤੁਹਾਨੂੰ ਤਨਖਾਹਾਂ ਤਨਖਾਹਾਂ 'ਚ, ਕਿਉਂਕਿ ਆਪਣੇ ਤਾਂ ਇੱਧਰ ਜਿਹੜੇ ਹੈਗੇ ਨਾ ਆਪਣੀ ਗੈਸ ਫੈਕਲਿਟੀ ਗੈਸ ਨਾਲ ਹੀ ਗੱਡੀ ਚੱਲਦੀ ਹੈ। ਹਾਂਜੀ ਹਾਂਜੀ, ਉਹ ਪੱਕੇ ਰੱਖਦੇ ਆ, ਉਹ ਨਹੀਂ ਸਾਡੇ ਕੋਲ ਤਾਂ ਰੈਗੂਲਰ ਆ, ਐਸ਼ ਕਰਦੇ ਆ ਜੀ। ਤਾਂ ਮੈਨੂੰ ਇੱਕ ਪ੍ਰੋਫੈਸਰ ਕਹਿੰਦਾ ਜੀ ਮੈਨੂੰ ਮਿਲਦੀ ਹੈ 2.5 ਲੱਖ ਰੁਪਈਆ, ਤੇ 2.5 ਲੱਖ ਰੁਪਈਆ ਮੇਰੀ ਬੀਵੀ ਨੂੰ ਮਿਲਦੀ ਹੈ, 5 ਲੱਖ ਹੋ ਗਿਆ। ਦਾਨੇਵਾਲੀਆ ਸਾਹਿਬ ਜੀ ਦੇ 5 ਲੱਖ ਆ ਗਿਆ ਹੋ ਗਿਆ ਘਰੇ ਜੀ, ਇਹਦਾ ਮਤਲਬ ਇਹਨੂੰ ਕਮੀ ਤਾਂ ਕੋਈ ਹੈ ਨਹੀਂ ਨਾ, ਤੁਹਾਡਾ ਮਤਲਬ ਤੁਹਾਡੀ ਰੋਟੀ ਦਾ ਇੰਤਜ਼ਾਮ ਤਾਂ ਹੁੰਦਾ ਪਰ ਨੀਤ ਦਾ ਇੰਤਜ਼ਾਮ ਨਹੀਂ ਨਾ ਹੁੰਦਾ। ਹੁਣ ਤੁਸੀਂ 2 ਪ੍ਰੋਫੈਸਰ ਰੁਪਈਆ 3.5 ਲੱਖ ਜੀ ਦੂਜੀ ਸਟੇਟ ਦੇ ਵਿੱਚੋਂ, ਤੇ ਜੇ ਹੁਣ ਇਹਨੇ ਤਾਂ ਮੇਰਾ ਖਿਆਲ ਹੈ ਵੀ ਕੱਲੀ ਅਜੇ FIR ਦੇ ਨਾਲ ਨਾਲ ਇਹਨਾਂ ਦਾ ਮੂੰਹ ਵੀ ਕਾਲਾ ਕਰਨਾ ਚਾਹੀਦਾ। ਬਿਲਕੁਲ ਕਰਨਾ ਚਾਹੀਦਾ, ਨਾਲੇ ਅਧਿਆਪਕ ਵਰਗ ਹੈ, ਨਾਲੇ ਅਧਿਆਪਕ ਵਰਗ ਹੈ, ਅਧਿਆਪਕ ਵਰਗ ਹੈ, ਤੁਹਾਡੇ ਜਿਹੜੇ ਸਟੂਡੈਂਟਸ ਹੈ ਉਹਨਾਂ ਦੇ ਉੱਤੇ ਹੁਣ ਅਸਰ ਕੀ ਪਊਗਾ ਜੀ, ਉਹ ਕੀ ਸੋਚਣਗੇ, ਉਹ ਕੀ ਸੋਚਣਗੇ, ਤੇ ਉਹ ਤੁਹਾਡੋਂ ਕੀ ਸਿੱਖਿਆ ਹਾਸਲ ਕਰਨਗੇ। ਜਿਹੜੇ ਸੰਸਕਾਰ ਹੈ ਜੀ, ਬੰਦੇ ਨੂੰ ਸੰਸਕਾਰ ਦਾਨੇਵਾਲੀਆ ਸਾਹਿਬ ਮਿਲਦੇ ਆ ਮਾਪਿਆਂ ਤੋਂ ਜੀ। ਪਹਿਲੇ ਸੰਸਕਾਰ, ਪਹਿਲਾ ਜਦੋਂ ਬੱਚਾ ਸਕੂਲ ਨਹੀਂ ਨਾ ਜਾਂਦਾ ਉਦੋਂ ਉਹਦੇ ਟੀਚਰ ਮਾਂ ਤੇ ਬਾਪ ਹੁੰਦੇ ਆ। ਬਿਲਕੁਲ ਜੀ, ਉਹ ਤੋਂ ਬਾਅਦ ਉਹ ਸਕੂਲ ਜਾਣੇ ਸ਼ੁਰੂ ਹੋ ਜਾਂਦੇ ਆ, ਜੇ ਸਕੂਲ ਜਾਣੇ ਸ਼ੁਰੂ ਹੋ ਜਾਂਦੇ ਤੇ ਫਿਰ ਜਿਹੜੇ ਟੀਚਰ ਹੁੰਦੇ ਆ ਉਹ ਮਾਂ ਬਾਪ ਵੀ ਬਣ ਜਾਂਦੇ ਆ। ਬਿਲਕੁਲ ਜੀ, ਉਹ ਮਾਂ ਬਾਪ ਦਾ ਜਿਹੜਾ ਰੋਲ ਅਦਾ ਕਰਦੇ ਆ, ਤੇ ਜਦੋਂ ਯੂਨੀਵਰਸਿਟੀ 'ਚ ਚਲੇ ਜਾਂਦੇ ਆ, ਕਾਲਜਾਂ 'ਚ ਚਲੇ ਜਾਂਦੇ ਆ, ਉਹ ਟੀਚਰ ਦੋਸਤ ਵੀ ਬਣ ਜਾਂਦੇ ਆ, ਉਸਤਾਦ ਵੀ ਬਣ ਜਾਂਦੇ ਆ, ਤੇ ਅਧਿਆਪਕ ਵੀ ਬਣ ਜਾਂਦੇ ਆ। ਤਿੰਨ ਰੂਪ ਹੁੰਦੇ ਉਹਨਾਂ ਦੇ ਜੀ। ਹੁਣ ਤੁਹਾਡੇ 3 ਰੂਪਾਂ ਵਾਲਿਆਂ ਦਾ ਕਿਹੜਾ ਰੂਪ ਚੜੂਗਾ ਬੱਚਿਆਂ ਤੇ, ਜਿਹੜੇ ਸੈਂਟਰਲ ਯੂਨੀਵਰਸਿਟੀ 'ਚ ਸਰਦਾਰ ਸ਼੍ਰੀਮਾਨ ਜੀ ਤੁਸੀਂ ਪੜ੍ਹਾਉਂਦੇ ਰਹੇ ਹੋ, ਜਿਸ ਮੈਡੀਕਲ ਕਾਲਜ ਦੇ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਬਾਬਾ ਫਰੀਦ ਜੀ, ਬਾਬਾ ਫਰੀਦ ਫਰੀਦਾ ਮੇਰੇ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਣਹੀ ਭਰਿਆ ਮੈਂ ਫਿਰਾਂ, ਤੇ ਲੋਕ ਕਹਿਣ ਦਰਵੇਸ਼, ਲੋਕ ਤਾਂ ਤੁਹਾਨੂੰ ਦਰਵੇਸ਼ ਮੰਨਦੇ ਸੀ ਜੀ, ਪਰ ਤੁਸੀਂ ਆ ਕਰਤੂਤ ਕੀ ਕੀਤੀ ਵੀ ਹੈ ਜੀ। ਦਾਨੇਵਾਲੀਆ ਸਾਹਿਬ ਮਤਲਬ ਇਹਨਾਂ ਬੰਦਿਆਂ ਨੂੰ ਮਸਾਲੀ ਸਜ਼ਾ ਮਿਲਣੀ ਚਾਹੀਦੀ ਹੈ, ਮੈਂ ਤਾਂ ਇਸ ਗੱਲ ਦੇ ਹੱਕ 'ਚ ਹਾਂ। ਇਹਨਾਂ ਦੀਆਂ ਡਿਗਰੀਆਂ ਖੋਲ ਲੈਣੀਆਂ ਚਾਹੀਦੀਆਂ ਜੀ, ਸਿੱਧੇ ਖੋਲ ਲੈਣੀਆਂ ਚਾਹੀਦੀਆਂ, ਇਹਨਾਂ ਦੀਆਂ ਡਿਗਰੀਆਂ ਖੋਲ ਲੈਣੀਆਂ ਚਾਹੀਦੀਆਂ, ਇਹਨਾਂ ਨੂੰ ਤਾਂ ਰੇਡੀਆਂ ਲਵਾਉਣੀਆਂ ਚਾਹੀਦੀਆਂ, ਲਾਓ ਜੀ ਰੇਡੀਆਂ, ਤੁਹਾਨੂੰ ਪਤਾ ਲੱਗੇ ਜਿਹਦੇ ਤੁਸੀਂ ਕਾਬਲ ਹੋ, ਕਰਤੂਤ ਜਿਹੜੀ ਹੈ ਤੁਹਾਡੀ, ਤੁਹਾਡੀ ਕਰਤੂਤ ਜਿਹੜੀ ਹੈਗੀ ਉਹ ਰੇਡੀਆਂ ਲਾਉਣ ਵਾਲੀ ਹੈ। ਬਿਲਕੁਲ, ਇਹਨਾਂ ਨੂੰ ਇਸ ਪਾਸੇ ਹੋਣਾ ਚਾਹੀਦਾ, ਕਰਨੀ ਚਾਹੀਦੀ। ਇਹਦਾ ਢਿੱਲੋ ਸਾਹਿਬ, ਉਹ ਬੰਦਿਆਂ ਦੀ ਕੋਈ ਕਮੀ ਨਹੀਂ ਹੋਣੀ, ਇੱਥੇ ਕਈ ਆ ਮੈਂ ਵੇਖਿਆ ਆਪਣੇ ਬਠਿੰਡੇ ਦਾ ਹੀ ਹੈਗੇ ਆ, ਇੱਕ ਦੋ ਇੰਸਟੀਟਿਊਟ ਹੈਂਜੀ, ਉਹ ਉਹਨਾਂ ਦੀਆਂ ਕਮੀਆਂ ਹੀ ਕਮੀਆਂ ਨੇ, ਉੱਥੋਂ ਪਤਾ ਨਹੀਂ ਕਿੰਨੇ ਲੱਖਾਂ ਜਾਂਦੇ ਹੋਣੇ। ਬਿਲਕੁਲ 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 ਜੀ, ਮੈਨੂੰ ਯਾਦ ਹੈ ਇੱਕ ਇੱਥੇ ਇੰਸਟੀਟਿਊਟ ਆਪਣੇ, ਉਹਨੇ ਫਿਜ਼ਿਕਸ ਦੀ MSc ਦੀ ਕਲਾਸ ਸ਼ੁਰੂ ਕਰ ਲਈ ਢਿੱਲੋ ਸਾਹਿਬ। ਹਾਂਜੀ ਹਾਂਜੀ, 1 ਸਾਲ ਉਹ ਮਤਲਬ ਕਿ ਉਹਨਾਂ ਨੂੰ ਕੋਈ ਪੜ੍ਹਾਉਣ ਵਾਲਾ ਹੀ ਨਹੀਂ ਮਿਲਿਆ, ਬੱਚਿਆਂ ਦੀਆਂ ਫੀਸਾਂ ਭਰਾ ਲਈਆਂ, ਵਿਚਾਲੇ 2 ਵਾਰੀ ਸਮਝ ਲਓ ਇੰਸਪੈਕਸ਼ਨਾਂ ਵੀ ਹੋ ਗਈਆਂ ਤੇ ਕੀਤਾ ਵੀ ਕੁਛ ਨਹੀਂ। ਹਾਂਜੀ ਦੱਸੋ, ਉਹ ਤਾਂ ਕਿੰਨਾ ਲੈ ਗਏ ਹੋਣੇ। ਹਾਂ ਹਾਂ, ਉਹੀ ਹੈ ਨਾ, ਉਹੀ ਹੈ ਵੀ ਉਹ ਬੱਚੇ ਮਤਲਬ ਜਿਹੜੇ ਨਾ ਉਹ ਹਾਸਾਂ 'ਚ ਤੇ ਨਾ ਉਹ ਕਾਕਾਂ 'ਚ ਬਸ। ਹਾਂਜੀ ਹਾਂਜੀ, ਆਹ ਭੈੜਾ ਹਾਲ ਕੀਤਾ ਵਿਆ ਜੀ ਇਹਨਾਂ ਨੇ, ਬਿਲਕੁਲ ਐਜੂਕੇਸ਼ਨ ਦਾ ਬੁਰਾ ਹਾਲ ਹੈ, ਤੇ ਇਹੋ ਜਿਹੇ ਬੰਦੇ ਨੇ, ਇਹਦੇ ਤਾਂ ਵੈਸੇ ਥਾਰੋ ਇਨਕੁਆਇਰੀ ਹੋਣੀ ਚਾਹੀਦੀ ਹੈ। ਹਾਂਜੀ, ਤੇ ਨਹੀਂ ਵੈਸੇ ਦੇਖੋ ਗੱਲ ਹੈ ਕਿ ਜਿਹੜੀ ਜਿਹੜੀ ਤਾਂ ਕਾਨੂੰਨੀ ਤੌਰ ਦੇ ਉੱਤੇ ਸਜ਼ਾ ਮਿਲਣੀ ਹੈ ਉਹ ਵੱਖਰੀ ਹੈ, ਇੱਕ ਇਹਦੇ ਉੱਤੇ ਜਾਂਚ ਹੋਣੀ ਚਾਹੀਦੀ ਹੈ ਢਿੱਲੋ ਸਾਹਿਬ। ਹਾਂ, ਇੱਕ ਜਿਹੜੀ ਪ੍ਰਸ਼ਾਸਨਿਕ ਜਿਹੜੇ ਇੰਸਟੀਚਿਊਟ ਵੱਲੋਂ ਵੀ ਹੋਣੀ ਚਾਹੀਦੀ। ਬਿਲਕੁਲ ਬਿਲਕੁਲ ਬਿਲਕੁਲ, ਸੈਂਟਰਲ ਯੂਨੀਵਰਸਿਟੀ ਵੱਲੋਂ ਵੀ ਹੋਣੀ ਚਾਹੀਦੀ ਤੇ ਹੋਣੀ ਚਾਹੀਦੀ ਹੈ ਬਾਬਾ ਫਰੀਦ ਯੂਨੀਵਰਸਿਟੀ। ਬਿਲਕੁਲ ਜੀ ਬਿਲਕੁਲ, ਔਰ ਉਹਨਾਂ UGC ਵੱਲੋਂ ਵੀ ਹੋਣੀ ਚਾਹੀਦੀ ਹੈ। ਬਿਲਕੁਲ ਜੀ ਬਿਲਕੁਲ, ਯੂਜੀਸੀ ਵੱਲੋਂ ਵੀ ਹੋਣੀ ਚਾਹੀਦੀ ਹੈ। ਬਿਲਕੁਲ ਬਿਲਕੁਲ, ਤੇ ਢਿੱਲੋ ਸਾਹਿਬ ਪਰ ਸ਼ੰਭੂ ਬਾਰਡਰ ਦੀ ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀਗੀ, ਉਹਦੀ ਹੁਣ ਡਿਟੇਲ ਆ ਗਈ ਹੋਣੀ ਹੈ ਤੁਹਾਡੇ ਕੋਲ? ਆ ਗਈ ਜੀ ਡਿਟੇਲ ਆ ਗਈ, ਉਹਨਾਂ ਨੇ ਕਿਹਾ ਜਿਹੜੀ ਕੱਲ ਤੁਸੀਂ ਗੱਲ ਕੀਤੀ ਸੀ, ਉਹਨਾਂ ਨੇ ਕਿਹਾ ਕਿ ਜਿਹੜੇ ਤੁਹਾਡੇ ਪਾਰਕਿੰਗ ਪਲੇਸ ਨਹੀਂ ਹੋ ਸਕਦੀਆਂ ਜਿਹੜੀਆਂ ਸੜਕਾਂ ਹੈ ਜੀ, ਇੱਥੇ ਜਿਹੜੇ ਹੈਗੇ ਤੁਸੀਂ ਜਿਹੜੇ ਟਰੈਕਟਰ ਖੜੇ ਕੀਤੇ ਜਾਂ ਸਾਰਾ ਕੁਝ, ਇਹ ਗੱਲ ਤਾਂ ਉਹਨਾਂ ਨੇ ਕੀਤੀ ਹੈ ਇਹਨਾਂ ਵਾਸਤੇ, ਕਿਸਾਨਾਂ ਵਾਸਤੇ ਭਾਈ ਤੁਸੀਂ ਖੜੇ ਕੀਤੇ, ਪਰ ਬੋਝ ਗੱਲਾਂ ਕਿਸਾਨਾਂ ਦੇ ਨਹੀਂ ਪਏ। ਨਾਲ ਉਹਨਾਂ ਨੇ ਕਿਹਾ ਵੀ ਭਾਈ ਸਟੇਟ ਦੇ ਉੱਤੋਂ ਲੋਕਾਂ ਦਾ ਵਿਸ਼ਵਾਸ ਕਿਉਂ ਉੱਠ ਗਿਆ ਜੀ, ਉਹ ਉੱਥੇ ਕਿਉਂ ਬੈਠੇ ਹੈ, ਉਹਨਾਂ ਨੂੰ ਉਠਾਉਣ ਵਾਸਤੇ ਜ਼ਿੰਮੇਵਾਰੀ ਤੁਹਾਡੀ ਸਟੇਟ ਦੀ ਬਣਦੀ ਹੈ, ਚਾਹੇ ਹਰਿਆਣਾ ਸਟੇਟ ਹੈ ਤੇ ਚਾਹੇ ਪੰਜਾਬ ਸਟੇਟ ਹੈ ਜੀ। ਉਹਨਾਂ ਸਟੇਟਾਂ ਦੇ DGP ਨੂੰ ਇਹ ਹਦਾਇਤ ਕਰ ਦਿੱਤੀ ਹੈ ਕਿ ਚਾਹੇ ਅੰਬਾਲੇ ਦਾ SSP ਹੈ ਤੇ ਚਾਹੇ SSP ਹੈਗਾ ਪਟਿਆਲਾ ਦਾ, ਪਟਿਆਲਾ ਦਾ
ਇਹਨਾਂ ਨਾਲ ਤਾਲਮੇਲ ਕਰਕੇ ਤੇ ਜਿਹੜਾ ਹੈਗਾ ਇਹ ਸੜਕ ਖੁਲਵਾਓ, ਇੱਕ ਪਾਸਾ ਖੁਲਵਾਓ ਜੀ। ਇੱਕ ਪਾਸਾ ਖੁੱਲਣ ਦੇ ਨਾਲ ਘੱਟੋ ਘੱਟ ਜਿਹੜੇ ਮਰੀਜ਼ ਹੈ, ਔਰਤਾਂ ਹੈ, ਬਜ਼ੁਰਗ ਹੈ, ਡੇਲੀ ਕੰਮ ਕਰਨ ਵਾਲੇ ਹੈ, ਵਿਦਿਆਰਥੀ ਹੈ, ਦਿਹਾੜੀਦਾਰ ਕਾਮੇ ਹੈ ਜੀ, ਜਿਹੜੇ ਰੁਜ਼ਗਾਰ ਹਾਸਲ ਕਰਨ ਜਾਂਦੇ ਇੱਕ ਦੂਜੇ ਸ਼ਹਿਰ ਦੇ ਵਿੱਚੋਂ, ਉਹਨਾਂ ਸਾਰਿਆਂ ਦੇ ਲਈ ਆਉਣ ਜਾਣ ਦਾ ਕੋਈ ਸਾਧਨ ਤਾਂ ਬਣੇ ਨਾ, ਕਿਸੇ ਨੂੰ 20 ਕਿਲੋਮੀਟਰ ਦਾ ਜੇ ਆਰਗੂ ਕਰਾਂਗੇ ਤਾਂ ਫਿਰ ਅਸੀਂ ਦੱਸਾਂਗੇ ਕੀ ਹੈ। ਵੈਸੇ ਉਹਨਾਂ ਦਾ ਆ ਗਿਆ ਕਿ ਮੁਕੰਮਲ ਫੈਸਲਾ ਜਿਹੜਾ ਸਾਨੂੰ ਆਲ ਹੈ ਪੜ੍ਹ ਲੈਣ ਦਿਓ, ਪ੍ਰੋਸੀਡਿੰਗ ਕੀ ਆਦੀ ਹੈ। ਪ੍ਰੋਸੀਡਿੰਗ ਦੇ ਵਿੱਚ ਬੜਾ ਕੁਛ ਹੁੰਦਾ, ਉਹ ਪੜ੍ਹ ਕੇ ਕਹਿੰਦੇ ਅਸੀਂ ਟਿੱਪਣੀ ਦਾ ਫੇਰ ਕਰਾਂਗੇ, ਪਰ ਫੇਰ ਵੀ ਉਹਨਾਂ ਨੇ ਇਹਦਾ ਸਵਾਗਤ ਕੀਤਾ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਸਰਕਾਰਾਂ ਦੇ ਵਿੱਚ ਬੇਵਿਸ਼ਵਾਸੀ ਕਿਉਂ ਪੈਦਾ ਹੁੰਦੀ ਹੈ ਲੋਕਾਂ ਦੇ ਵਿੱਚ? ਲੋਕਾਂ ਦੇ ਲਈ ਤਾਂ ਸਰਕਾਰਾਂ ਮਾਂ ਬਾਪ ਹੁੰਦੀਆਂ ਜੀ, ਪਰ ਜਦੋਂ ਜੇ ਲੋਕ ਦਿੱਲੀ ਜਾਂਦੇ ਆ ਆਪਣੀ ਗੱਲ ਕਹਿਣ ਵਾਸਤੇ ਤੇ ਉਹਨਾਂ ਨੂੰ ਰੋਕਿਆ ਜਾਂਦਾ। ਕਿਉਂ ਰੋਕਿਆ ਜਾਂਦਾ ਉਹਨਾਂ ਨੂੰ? ਦਿੱਲੀ ਦੇ ਵਿੱਚ ਕੀ ਹੋਰ ਲੋਕ ਨਹੀਂ ਆਉਂਦੇ ਜੀ? ਹੁਣ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਨੂੰ ਮਿਲਣ ਵਾਸਤੇ ਲੋਕ ਜਾਂਦੇ ਹੈ ਜੀ, ਪਾਰਲੀਮੈਂਟ ਦੇ ਵਿੱਚ ਕਿਸਾਨ ਗਏ ਜੀ, ਉਹੀ ਕਿਸਾਨ ਜਿਹੜੇ 13 ਮਹੀਨੇ ਉੱਥੇ ਬੈਠੇ ਰਹੇ ਕਿ ਉਹਨਾਂ ਨੇ 13 ਮਹੀਨਿਆਂ ਦੇ ਵਿੱਚ ਭਾਈ ਉਹਨਾਂ ਨੇ ਕੀ ਨੁਕਸਾਨ ਕਰਤਾ ਤੁਹਾਡਾ ਜੀ? ਉਹਨਾਂ ਨੇ ਤਾਂ ਕੋਈ ਗੱਲ ਨਹੀਂ ਕੀਤੀ, ਉਹਨਾਂ ਦਾ ਆਪਦਾ ਨੁਕਸਾਨ ਜ਼ਰੂਰ ਹੋ ਗਿਆ ਕਿ 700 ਤੋਂ ਉੱਪਰ ਉਹਨਾਂ ਦੇ ਸਾਥੀ ਹੈ ਜਿਹੜੇ ਉਹਨਾਂ ਨੂੰ ਵਿਛੋੜਾ ਦੇ ਕੇ ਸ਼ਹੀਦ ਹੋ ਗਏ। ਅਗਲਾ ਜੀ, ਉਹਨਾਂ ਨੇ ਕੋਈ ਭੰਨ ਤੋੜ ਨਹੀਂ ਕੀਤੀ, ਭੰਨ ਤੋੜ ਕੀਤੀ ਹੈ ਤਾਂ ਸਰਕਾਰ ਨੇ ਕੀਤੀ ਹੈ, ਕਿੰਨਾ ਗੱਡੀਆਂ ਸਰਕਾਰ ਨੇ ਗੱਡੀਆਂ, ਜੇ ਸੜਕਾਂ ਪੱਟੀਆਂ ਸਰਕਾਰ ਨੇ ਪੱਟੀਆਂ, ਕੌਮੀ ਨੁਕਸਾਨ ਕੀਤਾ ਸਰਕਾਰ ਨੇ ਕੀਤਾ, ਔਰ ਸਰਕਾਰ ਦੇ ਕਾਨੂੰਨ ਠੀਕ ਸੀ ਕਿ ਗਲਤ? ਪ੍ਰਧਾਨ ਮੰਤਰੀ ਨੇ ਮਾਫ਼ੀ ਮੰਗ ਲਈ ਕਿ ਸਾਡੇ ਕਾਨੂੰਨ ਗਲਤ ਸੀਗੇ। ਜਦੋਂ ਪ੍ਰਧਾਨ ਮੰਤਰੀ ਕਹਿੰਦੇ ਕਿ ਮੈਂ ਲੋਕਾਂ ਨੂੰ ਕਨਵਿੰਸ ਕਰਨ ਦੇ ਵਿੱਚ ਅਸਫਲ ਹੋਇਆ ਜੀ, ਜੇ ਅਸਫਲਤਾ ਤੁਸੀਂ ਸ਼੍ਰੀਮਾਨ ਜੀ ਤਾਂ ਹੋਏ ਉਹਨਾਂ, ਕਿਉਂਕਿ ਤੁਹਾਡੇ ਕੋਲ ਦਲੀਲ ਹੀ ਕੋਈ ਨਹੀਂ ਸੀ, ਕਿਹੜੀ ਦਿੰਦੇ ਜੀ? ਕਿਉਂਕਿ ਤੁਹਾਡਾ ਕੰਮ ਗਲਤ ਸੀ, ਤੁਸੀਂ ਜਿਹੜੀ ਕਾਰਪੋਰੇਟਰਾਂ ਨੂੰ ਖੁਸ਼ ਕਰਨ ਵਾਸਤੇ, ਉਹਨਾਂ ਨੂੰ ਉਹਨਾਂ ਦੇ ਹਲਵੇ ਬੰਡੇ ਦਾ ਪ੍ਰਬੰਧ ਕਰਨ ਵਾਸਤੇ ਤੁਸੀਂ ਸਾਰਾ ਕੁਛ ਕੀਤਾ ਸੀ ਜੀ, ਉਹਦਾ ਰੋਣ ਪਿੱਟਣ ਜਾਂਦੇ ਸੀ, ਤੇ ਹੁਣ ਉਹੀ ਕਿਸਾਨ ਜਿਹੜੇ ਗਏ ਆ ਉਹ ਜਾ ਕੇ ਰਾਹੁਲ ਗਾਂਧੀ ਨੂੰ ਮਿਲੇ ਜੀ। ਉਹੀ ਕਿਸਾਨ ਕਹਿੰਦੇ ਆ ਜੀ ਅਸੀਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰਨ ਨੂੰ ਤਿਆਰ, ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਮੈਮੋਰੰਡਮ ਲੈ ਕੇ ਗਏ ਜੀ, ਜੇ ਲੈ ਲਏ ਤਾਂ ਠੀਕ ਆ, ਨਹੀਂ ਭਾਈ ਅਸੀਂ ਪੋਸਟ ਕਰ ਦੇਵਾਂਗੇ, ਉਹਨਾਂ ਨੇ ਪੋਸਟ ਵੀ ਕੀਤਾ ਜੀ। ਤੁਸੀਂ ਵਿਸ਼ਵਾਸ ਪੈਦਾ ਕਰੋ ਲੋਕ, ਦੇਖੋ ਕੋਈ ਜ਼ਮਾਨਾ ਹੁੰਦਾ ਸੀ ਦਾਨੇ ਵਾਲੀਆ ਜੀ, ਜਦੋਂ ਲੋਕ ਕਹਿੰਦੇ ਹੁੰਦੇ ਸੀ ਕਿ ਸਰਕਾਰ ਮਾਈ ਬਾਪ ਹੈ। ਹਾਂਜੀ ਬਿਲਕੁਲ, ਸਰਕਾਰ ਨੂੰ ਮਾਈ ਬਾਪ ਬਣਦੇ ਸੀ, ਤੇ ਜੇ ਮਾਈ ਬਾਪ ਬਣਨ ਨੂੰ ਤਿਆਰ ਨਹੀਂ, ਉਹ ਮਤਰੇਈ ਮਾਂ ਬਣਨਗੇ ਜਾਂ ਮਤਰੇਈ ਮਾਪੇ ਬਣਨਗੇ, ਤਾਂ ਫਿਰ ਫਿਰ ਕੀ ਜਿਹੜਾ ਹੈਗਾ ਉਹਨਾਂ ਨੂੰ ਕੁਛ ਰੋਣਾ ਪਿੱਟਣਾ ਤਾਂ ਕਰਨਾ ਹੀ ਪੈਣਾ ਜੀ, ਰੋਏ ਬਿਨਾਂ ਤਾਂ ਮਾਂ ਨਹੀਂ ਦੁੱਧ ਦਿੰਦੀ, ਤੁਸੀਂ ਰੋਣ ਪਿੱਟਣ ਵੀ ਨਹੀਂ ਦਿੰਦੇ। ਇਸ ਕਰਕੇ ਜਿਹੜਾ ਹੈਗਾ ਇਹ ਫੈਸਲਾ ਇਹ ਆਇਆ ਹੈਗਾ ਜੀ, ਅੰਸ਼ਕ ਤੌਰ ਤੇ ਖੋਲਣ ਦੀ ਗੱਲ ਕਹੀ ਹੈ ਜੀ, ਪਰ ਜੇ ਅੰਸ਼ਕ ਤੌਰ ਤੇ ਗੱਲ ਖੁੱਲਦੀ ਹੈ ਤੇ ਗੱਲ ਅੱਗੇ ਵੀ ਜਾਊ ਜੀ। ਦੂਜਾ ਇਹਦਾ ਪੱਖ ਇਹ ਹੈ ਕਿ ਦੋਨਾਂ ਧਿਰਾਂ ਨੇ, ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਹੋਰੀ ਜੀ, ਔਰ ਹਰਿਆਣਾ ਵੱਲੋਂ ਜਿਹੜੇ ਵਕੀਲ ਪੇਸ਼ ਹੋਏ ਜੀ, ਉਹਨਾਂ ਨੂੰ ਮੇਰੇ ਖਿਲਾਫ਼ ਆਪਦੇ ਐਡਵੋਕੇਟ ਜਨਰਲ ਤੇ ਭਰੋਸਾ ਹੈ ਨੀਗਾ। ਅੱਛਾ ਜੀ, ਉਹਨਾਂ ਨੇ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਜਿਹੜੇ ਕੇਂਦਰ ਦੇ ਵਿੱਚੋਂ ਆਏ ਜੀ, ਉਹਨਾਂ ਨੂੰ ਅੰਗੇਜ਼ ਕੀਤਾ ਸੀ ਜੀ, ਤੇ ਤੁਸ਼ਾਰ ਮਹਿਤਾ ਹੋਰਾਂ ਨੇ ਵੀ ਲਿਸਟ ਦੇ ਦਿੱਤੀ ਹੈ। ਅੱਛਾ ਜੀ, ਤੇ ਉਹਨਾਂ ਨੇ ਵੀ ਨਾਂ ਦੇ ਦਿੱਤੇ, ਆਪਣੇ ਵਾਲਿਆਂ ਨੇ ਵੀ ਨਾਂ ਦੇ ਦਿੱਤੇ ਜੀ, ਆਹ ਹੈਗੇ ਆ ਭਰੋਸੇਮੰਦ ਬੰਦੇ ਸਾਡੇ ਜੀ, ਇਹਨਾਂ ਨਾਲ ਤੁਸੀਂ ਗੱਲ ਕਰ ਲਓ, ਇਹ ਕਿਸਾਨਾਂ ਨਾਲ ਗੱਲ ਕਰ ਲੈਣ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਤੁਹਾਨੂੰ ਵਿਚੋਲੇ ਕਿਉਂ ਪੈਣੇ ਪੈਣ, ਇਹ ਤਾਂ ਤੁਸੀਂ ਬੈਠ ਕੇ ਗੱਲਾਂ ਕਰ ਸਕਦੇ ਜੀ। ਹੁਣ ਉਹ ਉਹਨਾਂ ਨੇ ਕਿਸਾਨਾਂ ਨਾਲ ਗੱਲ ਕਰਨੀ ਹੈ, ਉਹ ਗੱਲ ਵਿੱਚੋਂ ਕੀ ਨਿਬੜਦਾ ਅੱਗੇ ਦੇਖਿਆ ਜਾਊਗਾ, ਤੇ ਇਹ ਮਾਮਲਾ ਅਜੇ ਪੈਂਡਿੰਗ ਰੱਖ ਲਿਆ। ਸੁਪਰੀਮ ਕੋਰਟ ਨੇ ਕਿਹਾ ਕਿ ਅਜੇ ਅਸੀਂ ਇੱਥੇ ਫੈਸਲਾ ਜਿਹੜਾ ਹੈਗਾ ਅਜੇ ਸੁਣਾਵਾਂਗੇ, ਹੋਰ ਲਿਖ ਕੇ ਭੇਜਾਂਗੇ ਸਾਰਾ ਕੁਛ ਜੀ, ਉਹ ਜਦੋਂ ਫੈਸਲਾ ਸਾਹਮਣੇ ਆਊਗਾ ਅਸਲ ਡਿਟੇਲ ਤਾਂ ਫਿਰ ਉਦੋਂ ਪਤਾ ਲੱਗਣੀ ਹੈ ਜੀ। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ, ਤੇ ਤੁਸੀਂ ਮੇਰੇ ਨਾਲ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਜੁੜੇ ਨੇ ਮੇਰੇ ਨਾਲ, ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ। ਤੇ ਢਿੱਲੋਂ ਸਾਹਿਬ, ਆਪਾਂ ਇੱਕ ਡਾਕਟਰ ਦੀ ਜਿਹੜੀ ਹੈ ਕਲਕੱਤੇ ਦੇ ਵਿੱਚ ਬੇਰਹਿਮੀ ਦੇ ਨਾਲ ਜਿਹੜਾ ਕਤਲ ਹੋਇਆ, ਐਂਡ ਉਹ ਵੀ ਇੱਕ ਪੁਲਿਸ ਵਲੰਟੀਅਰ ਵੱਲੋਂ,
ਐਂਡ ਬੜਾ ਕੁਛ ਸਾਹਮਣੇ ਆਇਆ। ਆਰਾਮ ਨਾਲ ਜਾ ਕੇ ਕਹਿੰਦੇ ਬੈਰਕ 'ਚ ਸੌਂ ਗਿਆ, ਜਦੋਂ ਪੁਲਿਸ ਫੜਨਗੀ ਕਹਿੰਦਾ ਫਾਂਸੀ ਦੇ ਦਿਓ, ਬਸ ਹੋਰ ਕੀ ਹੈ। ਅਤੇ ਇਹ ਵੀ ਪਤਾ ਚੱਲਿਆ ਦੋ ਰੈੱਡ ਲਾਈਟ ਏਰੀਆ ਵੇਸਵਾ ਗਾਮਨੀ ਦੇ ਏਰੀਏ ਦੇ ਵਿੱਚ ਵੀ ਉਹ ਉਸੇ ਰਾਤ ਗਿਆ। ਦਾਨੇ ਸਾਹਿਬ ਮਤਲਬ ਉਹ ਬੰਦੇ ਨੇ ਜਿਹੜੀ ਇੱਕ ਕਰੂਰਤਾ ਦਿਖਾਈ ਹੈ ਜੀ, ਮੇਰਾ ਖਿਆਲ ਹੈ ਵੀ ਸ਼ਾਇਦ ਉਹ ਦਿਮਾਗੀ ਤੌਰ ਦੇ ਉੱਤੇ, ਮਾਨਸਿਕ ਤੌਰ ਦੇ ਉੱਤੇ ਉਹ ਬੰਦਾ ਸਟੇਬਲ ਨਹੀਂ ਜੀ। ਉਹ ਕਹਿੰਦੇ ਵੀ ਉਹ ਜਿਹੜੀਆਂ ਗੰਦੀਆਂ ਫਿਲਮਾਂ ਵੀ ਦੇਖਦਾ ਰਿਹਾ, ਔਰ ਦੋ ਤਿੰਨ ਉਹਦੀਆਂ ਔਰਤਾਂ ਪਹਿਲਾਂ ਮਰ ਵੀ ਚੁੱਕੀਆਂ ਜੀ, ਇੱਕ ਉਹਨੇ ਮਾਰ ਵੀ ਦਿੱਤੀ ਸੀ, ਕੁਛ ਇਹੋ ਜਿਹੀਆਂ ਗੱਲਾਂ ਆਈਆਂ। ਉਹੀ ਜੇ ਬੰਦੇ ਨੂੰ ਜਿਹੜਾ ਤੁਸੀਂ ਕਿਸੇ ਵੀ ਇੰਸਟੀਚਿਊਟ ਦੇ ਵਿੱਚ ਡਿਊਟੀ ਤੇ ਭੇਜਦੇ ਹੋ, ਉਹਦਾ ਕਰੈਕਟਰ ਦੇਖੇ ਤੋਂ ਬਗੈਰ ਮੇਰਾ ਖਿਆਲ ਵੀ ਭੇਜਣ ਵਾਲਿਆਂ ਦੀ ਵੀ ਤਾਂ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ। ਬਿਲਕੁਲ ਜੀ। ਹੁਣ 31-32 ਵਰਿਆਂ ਦੀ ਇਹ ਡਾਕਟਰ ਹੈ, ਟ੍ਰੇਨੀ ਡਾਕਟਰ ਹੈਗੀ, ਦੱਸੋ ਟ੍ਰੇਨੀ ਡਾਕਟਰ ਜਿਹੜੀ ਹੈਗੀ ਆ, ਮਾਂ ਬਾਪ ਦੀ ਕਿੱਡੀ ਵੱਡੀ ਆਸ। ਉਹ ਚਲੋ ਜੋ ਕੁਛ ਕੀਤਾ ਦੇਖਿਆ ਆਪਾਂ, ਕਈ ਵਾਰੀ ਜਿਹੜੇ ਹੈਗੇ ਬੰਦੇ ਮਤਲਬ ਰੇਪ ਵੀ ਕਰ ਦਿੰਦੇ, ਪਰ ਜਿੱਡੀ ਕਰੂਰਤਾ ਦੇ ਨਾਲ ਉਹ ਲੜਕੀ ਦਾ ਕਤਲ ਕੀਤਾ ਹੈ ਜੀ, ਉਹ ਕਰੂਰਤਾ ਜਿਹੜੀ ਹੈ ਦਾਨੇਲੀਆ ਸਾਹਿਬ ਉਹਦੇ ਸਾਹਮਣੇ ਆਉਂਦੀ ਹੈ ਮੇਰੇ ਖਿਆਲ ਤਾਂ। ਇਹਦਾ ਦੂਜੀ ਜਿਹੜੀ ਹੈਗੀ ਹੈ ਉਹ ਆਪਣੀ ਕੁੜੀ ਕੀ ਨਿਰਭਯਾ, ਦੂਜੀ ਨਿਰਭਯਾ ਵਾਲਾ ਕੇਸ, ਨਿਰਭਯਾ ਵਾਲਾ ਕੇਸ ਹੋ ਗਿਆ। ਹਾਂ, ਔਰ ਇੱਥੇ ਇਹ ਕੇਸ ਜਿਹੜਾ ਕੱਲਾ ਇੱਥੇ ਨਹੀਂ ਹੋਇਆ, ਥਾਂ ਥਾਂ ਹੁੰਦਾ, ਕਿਉਂਕਿ ਕੁੜੀ ਮਿਡਲ ਕਲਾਸ ਚੋਂ ਹੋ ਸਕਦੀ ਹੈ, ਪੜ੍ਹੀ ਲਿਖੀ ਹੈ ਜੀ, ਇਹਦੀ ਕਦਰ ਨੂੰ ਡਾਕਟਰ ਭਾਈਚਾਰਾ ਵੀ ਆ ਗਿਆ, PGI ਤੋਂ ਲੈ ਕੇ ਏਮਜ਼ ਤੱਕ, ਥੱਲੇ ਤੋਂ ਲੈ ਕੇ ਉੱਪਰ ਤੱਕ ਸਾਰੇ ਹਸਪਤਾਲਾਂ ਦੇ ਵਿੱਚ ਹੜਤਾਲ ਹੋਈ ਹੈ, ਡਾਕਟਰਾਂ ਨੇ ਕੈਂਡਲ ਮਾਰਚ ਵੀ ਕੱਢੇ ਹੈ ਜੀ, ਡਾਕਟਰਾਂ ਨੇ ਜਲੂਸ ਜਲਸੇ ਵੀ ਕੱਢੇ ਹੈ, ਡਿਮਾਂਡ ਵੀ ਕੀਤੀ ਹੈ, ਸਟ੍ਰਾਈਕਾਂ ਵੀ ਚੱਲ ਰਹੀਆਂ ਜੀ। ਹੁਣ ਇਹ ਜਿਹੜਾ ਕੁਛ ਹੁੰਦਾ ਕਿ ਇਹ ਜਿਹੜੇ ਹੈਗੇ ਦੂਰ ਦੁਰਾਡੇ ਦੇ ਇਲਾਕਿਆਂ ਦੇ ਵਿੱਚ ਉੱਥੇ ਨਹੀਂ ਹੁੰਦਾ ਜੀ, ਕੀ ਇਹ ਜਿਹੀਆਂ ਕਰਤੂਤ ਜਿਹੜੀਆਂ ਹੈਗੀਆਂ ਕਾਰਵਾਈਆਂ ਇਹ ਝੁੱਗੀਆਂ 'ਚ ਨਹੀਂ ਹੁੰਦੀਆਂ, ਕੀ ਇਹ ਜਿਹੜੇ ਵੀਕਰ ਸੈਕਸ਼ਨ ਆ ਉਹਨਾਂ ਨਾਲ ਨਹੀਂ ਹੁੰਦਾ, ਰੋਜ਼ ਹੀ ਉਹਨਾਂ ਦੀਆਂ ਧੀਆਂ ਭੈਣਾਂ ਦੇ ਨਾਲ ਇਹ ਕੁਛ ਹੁੰਦਾ ਹੈ। ਇੱਥੇ ਜਿਹੜੀ ਮੈਂ ਸਮਝਦਾ ਮਹਿਸੂਸ ਹੈ ਕਿ ਜਿਹੜੀ ਸਾਡੀ ਸਿਵਲ ਸੁਸਾਇਟੀ ਆ ਨਾ ਜੀ, ਸਿਵਲ ਸੁਸਾਇਟੀ ਵੀ ਵੇਖ ਵੇਖ ਕੇ ਟਿੱਕੇ ਕੱਢਦੀ ਹੈ। ਜੇ ਗਰੀਬ ਗੁਰਬਾ ਹੋਵੇ ਤਾਂ ਚੁੱਪ ਕਰਕੇ ਪਾਸਾ ਵਰਤ ਲੈਂਦੇ ਵੀ ਤਾਂ ਗਰੀਬ ਹੈ ਜੀ, ਜੇ ਥੋੜਾ ਜਿਹਾ ਬੰਦਾ ਮਿਡਲ ਕਲਾਸ ਦੇ ਵਿੱਚ ਹੋਵੇ ਤਾਂ ਫਿਰ ਮੋਮਬੱਤੀਆਂ ਵੀ ਜਲਣੀਆਂ ਸ਼ੁਰੂ ਹੋ ਜਾਂਦੀਆਂ। ਬਿਲਕੁਲ ਜੀ, ਅਸੀਂ ਨਹੀਂ ਇਸ ਗੱਲ ਦੇ ਖਿਲਾਫ ਨਹੀਂ ਵੀ ਮੇਰੀ ਨਹੀਂ ਹੋਣੀਆਂ ਚਾਹੀਦੀਆਂ, ਪਰ ਸਾਰੇ ਜੇ ਸਿਵਲ ਸੁਸਾਇਟੀ ਆਪਣਾ ਰੋਲ ਅਦਾ ਕਰੇ ਜੀ, ਸਾਰਾ ਕੁਛ ਜੇ ਆਪਾਂ ਕਹਿ ਦਈਏ ਪੁਲਿਸ ਕਰੇ, ਸਾਰਾ ਕੁਛ ਕਾਨੂੰਨ ਕਰੇ, ਕਾਨੂੰਨ ਤੇ ਪੁਲਿਸ ਤੋਂ ਬਗੈਰ ਕੁਛ ਲੋਕਾਂ ਨੂੰ ਵੀ ਕਰਨਾ ਪੈਂਦਾ ਜੀ, ਸਮਾਜ ਨੂੰ ਵੀ ਕਰਨਾ ਪੈਂਦਾ। ਮੇਰਾ ਖਿਆਲ ਹੈ ਇਸ ਮਾਮਲੇ ਦੇ ਵਿੱਚ ਸਮਾਜ ਵੀ ਜਵਾਬਦੇਹ ਹੈ, ਬਿਲਕੁਲ ਜ਼ਿਆਦਾ ਜ਼ਿੰਮੇਵਾਰੀ ਸਮਾਜ ਤੇ ਪੈਂਦੀ ਹੈ। ਦਾਨੇ ਵਾਲੀਆ ਜੀ, ਆਪਣੇ ਸਾਹਮਣੇ ਰੋਜ਼ ਹੀ ਹੁੰਦਾ ਜੇ ਆਪਾਂ ਪਾਟੇ ਕੱਪਣ ਵਾਲੀ ਕਿਸੇ ਦੀ ਧੀ ਭੈਣ ਨੂੰ ਕੋਈ ਪਿੱਚਰ ਮਸ਼ਕਰੀ ਕਰਦਾ ਹੋਵੇ ਤੇ ਆਪਾਂ ਵੀ ਪਾਸਾ ਵੱਟ ਕੇ ਟੱਪ ਜਾਂਦੇ ਹਾਂ ਜੀ, ਤੇ ਜੇ ਕੋਈ ਮਤਲਬ ਚੰਗੀ ਕੋਈ ਪਤਾ ਹੋਵੇ ਕਿ ਮਿਡਲ ਕਲਾਸ ਦੀ ਧੀ ਭੈਣ ਨਾਲ ਕੁਛ ਗੱਲ ਕਰਦੇ ਤੇ ਆਪਾਂ ਵੀ ਉੱਥੇ ਖੜ ਜਾਂਦੇ ਵੀ ਤੂੰ ਇਹ ਕਿਉਂ ਕਹਿੰਦਾ, ਇਹ ਕਿਉਂ ਕੀਤਾ। ਔਰ ਦਾਨੇ ਵਾਲੀਆ ਸਾਹਿਬ, ਮੈਂ ਤਾਂ ਵੇਖਿਆ ਇਤਿਹਾਸ ਦੇ ਵਿੱਚ ਸਾਡੇ 'ਚ ਕੀ ਹੈ ਕਿ ਲੋਕਾਂ ਦਾ ਮੱਚ ਕਿਸ ਹੱਦ ਤੱਕ ਵੜ ਗਿਆ। ਕਈ 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 ਵਾਰੀ ਇਹ ਹੁੰਦਾ ਨਾ ਵੀ ਆਪਾਂ ਕਿਸੇ ਗੱਡੀ ਮੋਟਰ ਦੇ ਵਿੱਚ ਕੋਈ ਸਫ਼ਰ ਕਰਦੇ ਹਾਂ, ਉੱਥੇ ਕੋਈ ਸ਼ਰਾਰਤੀ ਬੰਦਾ ਸ਼ਰਾਰਤ ਕਰ ਦਿੰਦਾ ਆਪਾਂ, ਹਾਂਜੀ ਹਾਂਜੀ, ਉਹ ਸ਼ਰਾਰਤ ਕਰ ਦਿੰਦਾ, ਉਹਨੂੰ ਆਪਾਂ ਰੋਕਣ ਦੀ ਬਜਾਏ ਜੇ ਕੋਈ ਇੱਕ ਬੰਦਾ ਰੋਕੂਗਾ ਤਾਂ ਦੂਜੇ ਕਹਿਣਗੇ ਲੇਟ ਕੇ ਕਰਾਉਣਾ, ਬੱਸ ਰੁਕ ਗਈ। ਬਿਲਕੁਲ ਹਾਂਜੀ, ਬਿਲਕੁਲ, ਬੜੀ ਵਾਰੀ ਹੋਇਆ ਇਹ ਕੰਮ। ਹਾਂ, ਮਤਲਬ ਉਹਨਾਂ ਨੂੰ ਬੱਸ ਦਾ ਫਿਕਰ ਆ ਵੀ ਬੱਸ ਰੁਕ ਗਈ, ਤੂੰ ਲੇਟ ਕੇ ਕਰਾਉਣਾ, ਤੂੰ ਇਹ ਰੋਕਦਾ ਕਿਉਂ ਹੈ। ਉਹਨਾਂ ਨੂੰ ਚਾਹੀਦਾ ਤਾਂ ਇਹ ਆ ਵੀ ਜੇ ਇਹੋ ਜਿਹੀ ਕਰਤੂਤ ਕਰਨ ਵਾਲੇ ਬੰਦੇ ਦਾ ਮੂੰਹ ਕਾਲਾ ਕਰੋ, ਉਹਨੂੰ ਫੜ ਕੇ ਉਹਦੇ ਮਾਪਿਆਂ ਦੇ ਕੋਲੇ ਲੈ ਕੇ ਜਾਓ, ਉਹਦੀ ਵਾਈਫ ਦੇ ਕੋਲੇ ਲੈ ਕੇ ਜਾਓ, ਬੰਦਾ ਆਹ ਕੰਮ ਕਰਦਾ ਜੀ, ਜੇ ਇਹ ਭੂਮਿਕਾ ਸੁਸਾਇਟੀ ਨਿਭਾਉਣ ਲੱਗ ਜਾਈ ਤਾਂ ਮੇਰਾ ਖਿਆਲ ਹੈ ਇਹਨਾਂ ਚੀਜ਼ਾਂ ਤੋਂ ਬਚਤ ਰਹਿ ਸਕਦੀ ਹੈ। ਨਹੀਂ ਤਾਂ ਅੱਜ ਇਹ ਕੁੜੀ ਕਲਕੱਤੇ ਦੀ ਇੱਕ ਮਤਲਬ ਇਸ ਮੈਡੀਕਲ ਇੰਸਟੀਚਿਊਟ ਦੀ ਕੁੜੀ ਸੀ, ਨਿਰਭਯਾ ਵੀ, ਉਹ ਵੀ ਇੱਕ ਮੈਡੀਕਲ ਇੰਸਟੀਚਿਊਟ ਦੀ ਕੁੜੀ ਸੀ, ਉਹ ਦੇਹਰਾਦੂਨ ਦੀ ਸੀ ਜੀ ਜੀ, ਠੀਕ ਹੈ। ਉਦੋਂ ਤੁਸੀਂ ਦੇਖੋ ਵੀ ਉਸ ਵੇਲੇ ਸਰਕਾਰ ਹਲ ਗਈ ਸੀ ਸਾਰੀ, ਮਤਲਬ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ, ਪ੍ਰਿੰਕਾ ਤੇ ਰਾਹੁਲ ਤੇ ਜਿਹੜਾ ਹੈਗਾ ਸੋਨੀਆ ਨੂੰ ਵੀ ਕੈਂਡਲ ਮਾਰਚ ਕੱਢਣੇ ਪੈ ਗਏ ਸੀ, ਬਿਲਕੁਲ, ਇਹਨਾਂ ਨੂੰ ਵੀ ਮਨੁੱਖੀ ਚੇਨ ਬਣਾਉਣੀ ਪੈ ਗਈ ਸੀਗੀ। ਪਰ ਹੁਣ ਇਹ ਆਪਾਂ ਦੇਖੀਏ, ਇੱਥੇ ਵੀ ਆਪਾਂ ਦੇਖੀ ਤੇ ਇੱਥੇ ਕੱਲੇ ਡਾਕਟਰ ਹੀ ਹੈ ਨਾ, ਬਿਲਕੁਲ ਜੀ, ਆਮ ਸੁਸਾਇਟੀ ਨਹੀਂ ਖੜੀ ਹੋਈ, ਆਮ ਸੁਸਾਇਟੀ ਨੂੰ ਵੀ ਖੜਾ ਹੋਣਾ ਚਾਹੀਦਾ। ਚਲੋ ਸਾਹਿਬ, ਤੁਸੀਂ ਡਾਕਟਰਾਂ ਦੀ ਗੱਲ ਕੀਤੀ ਹੈ, ਡਾਕਟਰ ਤਾਂ ਖੜੇ ਹੋ ਗਏ ਨਾ, ਆਪਾਂ ਦੇਖ ਲਓ ਦੋ ਵਾਰ, ਦੂਜੀ ਵਾਰੀ ਕੱਲ੍ਹ ਮੈਂ ਖਬਰ ਕਰਕੇ ਉਹ ਲੜਕੀ ਹੈ ਇੱਕ, ਗਗਨਦੀਪ,
ਜਿਹਦੇ ਆਪਾਂ ਵੀ ਬੈਠੇ ਸੀ, ਕੁੜੀ ਨਾਲ ਦੇਖੋ ਫਾਈਨੈਂਸ ਵਾਲੇ ਕਿਵੇਂ ਧੱਕਾ ਕਰੀ ਜਾਂਦੇ। ਬਿਲਕੁਲ ਬਿਲਕੁਲ ਬਿਲਕੁਲ, ਢਿੱਲੋਂ ਸਾਹਿਬ ਘਰ ਵਾਲਿਆ ਮਰ ਗਿਆ, ਉਹਦੇ ਕਾਗਜ਼ ਹੀ ਨਹੀਂ ਮੋੜਦੇ। ਕੱਲ ਉਹਦੀ ਸੱਸ ਵੀ ਚਲੀ ਗਈ, ਦਿਓਰ ਵੀ ਚਲਾ ਗਿਆ, ਉਹ ਵੀ ਚਲੀ ਗਈ, ਫੇਰ ਵੀ ਨਹੀਂ ਕਾਗਜ਼ ਦਿੱਤੇ। ਤੇ ਮੈਂ ਫੇਰ ਖਬਰ ਕੀਤੀ, ਮੈਂ ਇੱਕ ਲੀਡਰ ਨੂੰ ਫੋਨ ਲਾ ਲਿਆ, ਮੈਂ ਕਿਹਾ ਯਾਰ ਇਹਦੇ ਪਿੱਛੇ ਧਰਨਾ ਤਾਂ ਲਾ ਦਿਓ ਕੋਈ ਆਪ ਹੀ। ਉਹ ਜੀ ਮੈਨੂੰ ਉਹਨੂੰ ਐਂ ਕਹੋ ਵੀ ਪਹਿਲਾਂ ਸਾਨੂੰ ਕਾਲ ਕਰੇ, ਫਿਰ ਅਸੀਂ ਵੇਖਾਂਗੇ ਵੀ ਧਰਨਾ ਲਾਉਣਾ, ਫਿਰ ਅਸੀਂ ਚਾਰ ਕੁ ਬੰਦੇ ਭੇਜ ਦੇਵਾਂਗੇ, ਉਹ ਕੰਮ ਕਰੇ ਆਉਣਗੇ। ਕਿਉਂਕਿ ਪਤਾ ਵੀ ਹੁਣ ਦੱਸੋ ਮੈਂ ਕੀ ਕਹਾਂ ਉਹਦੇ ਵਿੱਚ, ਵੀ ਉਹ ਗਰੀਬੜੀ ਦੇ ਕੋਈ ਹੱਕ 'ਚ ਹੀ ਨਹੀਂ ਆਉਂਦਾ। ਦੱਸੋ ਦਲਿਤ ਹੈ, ਵਿਧਵਾ ਹੈ, ਬਿਲਕੁਲ। ਫੇਸਬੁੱਕ 'ਤੇ ਤਾਂ ਬਹੁਤ ਵੀਰਾਂ ਨੇ ਕਹਿਤਾ ਵੀ ਕੁੜੀਆਂ ਤੂੰ ਕਿਸਾਨ ਯੂਨੀਅਨ ਨਾਲ ਬਲ ਹੋਰ ਕਰ, ਪਰ ਮੈਂ ਇਹ ਵੀ ਕਹਿੰਦਾ ਕਿ ਜਿਹੜੇ ਉਹਨਾਂ ਉਹਦੇ ਹੱਕ 'ਚ ਕੋਈ ਮਹਿਲਾ ਵਾਲੇ ਹੀ ਆ ਜਾਣ, ਚਾਰ ਇਕੱਠੇ ਹੋ ਜਾਣ ਜਾ ਕੇ। ਦਾਨੇ ਵਾਲੀਆ ਸਾਹਿਬ ਨੂੰ ਤੁਸੀਂ ਹੌਸਲਾ ਦਿਓ, ਕੁੜੀ ਨੂੰ ਮੈਂ ਆ ਜਾ ਤੇ ਆਪਾਂ ਆ ਕੇ ਭਾਵੇਂ ਬੰਦੇ ਥੋੜੇ ਰਹਿ ਜਾਈਏ ਜੀ, ਇਹ ਗੱਲ ਨਹੀਂ ਕਿ ਬੰਦੇ ਥੋੜੇ ਹੈ। ਹਾਂਜੀ, ਸਿਵਲ ਸੁਸਾਇਟੀ ਦੇ ਵਿੱਚੋਂ ਜੇ ਚਾਰ ਬੰਦੇ ਵੀ, ਚਾਰ ਮੋਹਤਬਰ ਬੰਦੇ ਵੀ ਆ ਕੇ ਧਰਨੇ ਤੇ ਬਹਿੰਦੇ ਹੈ ਜੀ, ਤਾਂ ਉਹ ਲੋਕਾਂ ਦੀ ਅਟੈਂਸ਼ਨ ਲੈਂਦੇ ਹੈ। ਬਿਲਕੁਲ, ਘੱਟੋ ਘੱਟ ਇਹ ਜੇ ਆਪਾਂ ਚਾਰ ਪੱਤਰਕਾਰ, ਦੋ ਡਾਕਟਰ, ਆਪਾਂ ਕੋਈ ਗੱਲ ਨੀ ਇਹ ਕਰ ਲਾਂਗੇ, ਐਡੀ ਕਿੱਡੀ ਐਡੀ ਵੀ ਐਡੇ ਵੀ ਆਪਾਂ ਗਏ ਗੁਜਰੇ ਨੀ, ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਕਿ ਜੇ ਸਾਰਾ ਕੁਝ, ਸਾਰਾ ਟੱਬਰ ਕਹਿੰਦਾ ਸਾਨੂੰ ਇਤਰਾਜ ਨਹੀਂ, ਦੱਸੋ ਤੇਰੇ ਡਾਕੂਮੈਂਟਸ ਕਿਉਂ ਨਹੀਂ ਮੋੜ ਰਹੇ। ਹਾਂ, ਡਰਾਮਾ ਡਰਾਮਾ ਰਚਾ ਰੱਖਿਆ ਜੀ, ਬਿਨਾਂ ਗੱਲ ਤੋਂ ਠਿੱਠ ਕਰੀ ਜਾਂਦੇ ਨੇ, ਤੂੰ ਕੱਲ੍ਹ ਨੂੰ ਆ ਜਾਈ, ਤੂੰ ਪਰਸੋਂ ਆ ਜਾਈ। ਮੈਨੂੰ ਉਹ ਮੈਂ ਕਾਗਜ਼ ਦੇ ਕੇ, ਮੈਂ ਕਿਹਾ ਤੁਸੀਂ ਉਦੋਂ ਕਿਉਂ ਨਹੀਂ ਦੱਸਿਆ ਵੀ ਕਾਗਜ਼ ਦਿੱਤੇ, ਤੂੰ 15 ਦਿਨ ਹੋ ਗਏ ਸੀ। ਹਾਂਜੀ, ਕੱਲ੍ਹ ਮੈਨੂੰ ਇੱਕ ਫੋਨ ਆ ਗਿਆ ਉਹਨਾਂ ਦੀ ਕੰਪਨੀ ਦਾ, ਆਪ ਜੀ ਫਿਰ ਵਾਂ ਘੁਸ ਗਏ, ਆਪ ਕੈਸੇ ਕਰਿਆ। ਮੈਂ ਕਿਹਾ ਮੈਂ ਤਾਂ ਐਂ ਕਰੂੰਗਾ, ਆ ਪਾਤੀ ਵੀਡੀਓ, ਦੱਸ ਹੁਣ ਜਿਹੜਾ ਕੁਝ ਕਰਨਾ ਕਰ ਲਾ। ਹਾਂਜੀ, ਆਹ ਧਮਕੀਆਂ ਦਿੰਦੇ ਨੇ, ਦੱਸੋ ਆਹ ਹਾਲਾਤ ਨੇ। ਨਹੀਂ ਨਹੀਂ ਨਹੀਂ, ਜਾ ਕੇ ਉੱਥੇ ਧਰਨਾ ਦੇਣਾ ਚਾਹੀਦਾ ਜੀ ਉਹਨਾਂ ਦੇ ਵਾਰ ਕੇ ਜੀ। ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਮਿਹਰਬਾਨੀ ਜੀ, ਧੰਨਵਾਦ। ਸੋ ਇਹ ਸਨ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ। ਸੋ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਅੱਗੇ ਚਾਹੁੰਦੇ ਹਾਂ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ।